ਤੁਸੀਂ ਗੈਂਗਸਟਰਾਂ ਦੇ ਉੱਤੇ ਆਧਾਰਿਤ ਜਾਂ ਜ਼ਿੰਦਗੀ ਦੀ ਲੀਹ ਤੋਂ ਲੱਥੇ ਹੋਏ ਲੋਕ ਆ ਜਿਹੜੇ ਉਹ ਕਿਰਦਾਰ ਤੁਹਾਨੂੰ ਵੱਧ ਨਿਭਾਉਣੇ ਚੰਗੇ ਲੱਗਦੇ ਲੋਕਾਂ ਦੀ ਇੱਕ ਧਾਰਨਾ ਬਣ ਗਈ ਆ ਤੁਹਾਡਾ ਗੈਂਗਸਟਰਾਂ ਦੇ ਨਾਲ ਪਿਆਰ ਵੱਧਦਾ ਮੇਰੀ ਰੁਪਿੰਦਰ ਗਾਂਧੀ ਤੋਂ ਗਾਂਧੀ ਨਹੀਂ ਬਣਿਆ ਜੇ ਗਾਂਧੀ ਹੈਗਾ ਸੀ ਤਾਂ ਗਾਂਧੀ ਫਿਲਮ ਬਣੀ ਮੈਨੂੰ ਬਹੁਤ ਸਾਰੇ ਲੋਕ ਇਦਾਂ ਦੇ ਮਿਲੇ ਵੀ ਫੈਮਲੀਆਂ ਨਾਲ ਕਿ ਸਾਡਾ ਮੁੰਡਾ ਬਹੁਤ ਨਸ਼ਾ ਕਰਦਾ ਸੀ ਤੁਹਾਡੀ ਫਿਲਮ ਦੇਖ ਕੇ ਵਾਪਸ ਆਇਆ ਨੌਜਵਾਨ ਪੀੜ੍ਹੀ ਹੁਣ ਗੈਂਗਸਟਰ ਅਖਵਾਉਣਾ ਮਾਣ ਵਾਲੀ ਗੱਲ ਸਮਝਣ ਲੱਗ ਗਈ ਹੁਣ ਤਾਂ ਗਾਇਕਾਂ ਦੇ ਗਰੁੱਪ ਵੀ ਗੈਂਗਸਟਰ ਗਰੁੱਪ ਬਣ ਗਏ ਸਾਨੂੰ ਵੀ ਯੂਜ਼ ਕਰਦੇ ਸੀ ਫਲਾਣੀ ਥਾਂ ਤੇ ਬੋਲੀ ਹੈ ਜੀ ਚਲੋ ਚੱਲੀਏ ਰਜਿੰਦਰਾ ਹਸਪੀਟਲ ਦੇ ਸਾਈਕਲ ਸਟੈਂਡ ਦੀ ਬੋਲੀ ਹੈ ਉੱਥੇ ਚਲੋ ਅਸੀਂ ਚਲੇ ਜਾਂਦੇ ਸੀ ਮੇਰੇ ਨਾਲ ਦੇ ਬਹੁਤ ਸਾਰੇ ਮੁੰਡੇ ਬਰਬਾਦ ਹੋਏ ਹੈ ਜੀ ਤੁਹਾਨੂੰ ਵੀ ਕਿਸੇ ਨੇਤਾ ਨੇ ਕਿਹਾ ਸੀ ਵੀ ਭਾਈ ਆ ਜਾਓ ਆ ਪੁੱਠੇ ਸਿੱਧੇ ਕੰਮਾਂ 'ਚ ਪਾਓ ਜਿਹੜਾ ਦੇਵ ਬਦਮਾਸ਼ੀ ਦੇ ਵਿੱਚ ਮਾਣ ਮਹਿਸੂਸ ਕਰਦਾ ਰਿਹਾ ਫਿਰ ਉਹ ਪੁਲਿਸ ਦੇ ਵਿੱਚ ਆ ਗਿਆ ਪੁਲਿਸ ਤੋਂ ਅਦਾਕਾਰੀ ਦੇ ਵਿੱਚ ਆ ਗਿਆ ਮੈਨੂੰ ਤਾਂ ਐਂ ਕਹਿੰਦੇ ਸੀ ਵੀ ਚਲੋ ਚੱਲੀਏ ਤੁਰ ਪੈਂਦੇ ਸੀਗੇ ਉਹ ਤੁਰ ਪੈਂਦੇ ਵਿੱਚ ਹੀ ਖੜਕ ਜਾਂਦਾ ਹੁੰਦਾ ਸੀ ਕੰਮ ਹਨਾ ਤੇ ਚੰਗੀ ਭਲੀ ਸਰਕਾਰੀ ਨੌਕਰੀ ਤੇ ਪਰ ਉਦੋਂ ਰਿਸਕ ਜਾਂ ਨਹੀਂ ਲੱਗਿਆ ਵੀ ਭਾਈ ਯਾਰ ਇਹ ਪੱਕੀ ਤਨਖਾਹ ਆ ਰਹੀ ਆ ਫਿਲਮਾਂ ਦੇ ਵਿੱਚ ਕੀ ਪਤਾ ਪੈਰ ਤਿਲਕੀ ਨਾ ਜਾਵੇ ਇਹ ਜ਼ਿੰਦਗੀ ਤਾਂ ਹੈ ਹੀ ਰਿਸਕ ਹਾਂ ਬਾਅਦ ਚੋਂ ਫਿਰ ਰਿਸ਼ਤੇਦਾਰਾਂ ਨੇ ਕਿਹਾ ਨਕੰਮਾ ਹੈ ਫਲਾਣਾ ਹੈ ਤੇ ਮੈਂ ਕਿਹਾ ਕੱਖ ਨਹੀਂ ਬਣਨਾ ਸਰਕਾਰੀ ਨੌਕਰੀ ਕਿੱਥੇ ਮਿਲਦੀ ਆ ਵੱਡਾ ਹੀਰੋ ਫਿਰ ਉਸ ਤੋਂ ਬਾਅਦ ਆਰਥਿਕ ਮੰਦੀ ਦਾ ਦੌਰ ਆਇਆ ਇੱਕ ਉਦੋਂ ਬੜੇ ਤਾਨੇ ਬਣੇ ਪਿੰਡਿਆਂ ਦੇ ਸਹੇ ਰਿਸ਼ਤੇਦਾਰਾਂ ਦੇ ਬਹੁਤ ਸਹੇ ਪਰ ਜਦੋਂ ਇਹ ਗੱਲ ਕਹੀ ਜਾਂਦੀ ਕਿ ਫਲਾਣੇ ਦੀ ਫਿਲਮ ਆ ਜਿਹੜੀ ਉਹ ਬੜੀ ਮਹਿੰਗੀ ਆ ਫਲਾਣੇ ਦੀ ਫਿਲਮ ਬੜੀ ਵੱਡੀ ਆ ਦੇਵ ਖਰੋੜ ਦਾ ਪ੍ਰਭਾਵ ਉਹ ਨਹੀਂ ਸਿਰਜਿਆ ਗਿਆ ਇਹ ਸ਼ਾਇਦ ਗੱਲ ਕੌੜੀ ਲੱਗੇ ਕੋਈ ਵੱਡੀ ਸਟਾਰ ਕਾਸਟ ਨਹੀਂ ਹੁੰਦੀ ਮੇਰੇ ਆਲੇ ਦੁਆਲੇ ਜਾਂ ਕਹਿ ਦਿਓ ਜਿਹੜੇ ਪੰਜਾਬੀ ਦੇ 5-10 ਸਾਹਮਣੇ ਵੱਡੇ ਮੈਂ ਉਹਨਾਂ ਨਾਲ ਲੈ ਕੇ ਫਿਲਮਾਂ ਕਰਦਾ ਫਿਰ ਵੀ ਸਾਡੀ ਫਿਲਮ ਜਿਹੜੇ ਤੁਸੀਂ ਕਹਿੰਦੇ ਸੋ ਕਾਲਡ ਵੱਡੀਆਂ ਫਿਲਮਾਂ ਉਹਨਾਂ ਨਾਲੋਂ ਵਧੀਆ ਕਰਕੇ ਜਾਂਦੀਆਂ ਇੰਡਸਟਰੀ ਨਾ ਮੰਨੇ ਮੈਂ ਇੰਡਸਟਰੀ ਲਈ ਫਿਲਮਾਂ ਨਹੀਂ ਬਣਾਉਂਦਾ ਮੈਂ ਲੋਕਾਂ ਲਈ ਫਿਲਮਾਂ ਬਣਾਉਂਦਾ ਚੱਜ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹਾਂ ਮੈਂ ਹਰਮਨ ਥਿੰਦ ਮੇਰੇ ਨਾਲ ਨੇ ਹਰ ਰੋਜ਼ ਦੀ ਤਰ੍ਹਾਂ ਸਵਰਨ ਸਿੰਘ ਟਹਿਣਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਟਹਿਣਾ ਸਾਹਿਬ ਕੀ ਹਾਲ ਨੇ ਬਹੁਤ ਵਧੀਆ ਚੜ੍ਹਦੀ ਕਲਾ ਜ਼ਿੰਦਾਬਾਦ ਅੱਜ ਵਿਹੜੇ ਦੇ ਵਿੱਚ ਮਹਿਮਾਨ ਲੈ ਕੇ ਆਏ ਬਿਲਕੁਲ ਜੀ ਬੜੇ ਵਧੀਆ ਮਹਿਮਾਨ ਆਏ ਮਹਿਮਾਨ ਤਾਂ ਵੈਸੇ ਸਾਰੇ ਵਧੀਆ ਹੁੰਦੇ ਆ ਮਹਿਮਾਨ ਕਦੇ ਮਾੜਾ ਨਹੀਂ ਹੁੰਦਾ ਮੈਨੂੰ ਚੇਤੇ ਆ ਗਿਆ ਮਹਿਮਾਨ ਵਾਲੀ ਗੱਲ ਤੋਂ ਜਦੋਂ ਨਿੱਕੇ ਹੁੰਦੇ ਸੀ ਨਾ ਹਾਲਾਂਕਿ ਉਹਦਾ ਹਕੀਕਤ ਦੇ ਨਾਲ ਕੋਈ ਸੰਬੰਧ ਨਹੀਂ ਤੇ ਘਰਦਿਆਂ ਨੇ ਕਹਿਣਾ ਵੀ ਕਾਂ ਬਨੇਰੇ ਬੋਲੀ ਜਾਂਦਾ ਤੇ ਅੱਜ ਕੋਈ ਆਊਗਾ ਪੁਰਾਣਾ ਆਊਗਾ ਮਾਤਾ ਨੇ ਆਟਾ ਗੁੰਨਦੇ ਹੋਣਾ ਤੇ ਆਟਾ ਬੁੜਕ ਜਾਣਾ ਤੇ ਕਹਿਣਾ ਅੱਜ ਕੋਈ ਆਊਗਾ ਮੈਂ ਸੋਚਣਾ ਵੀ ਇਹਦੇ ਵਿੱਚ ਮਹਿਮਾਨ ਦੀ ਗੱਲ ਮੰਨੀਏ ਜਾਂ ਕਾਹਲੀ ਕਰਕੇ ਬੁੜਕਿਆ ਹੋਇਆ ਵੀ ਇਹ ਕਾਂ ਨੂੰ ਭੁੱਖ ਲੱਗੀ ਆ ਕੋਈ ਚੀਜ਼ ਪਟੋਲਦਾ ਜਾਂ ਮਹਿਮਾਨ ਦਾ ਕੋਈ ਸੰਬੰਧ ਆ ਪਰ ਖੈਰ ਉਹ ਵੀ ਗੱਲਾਂ ਚੇਤੇ ਦੇ ਵਿੱਚ ਵਸੀਆਂ ਹੋਈਆਂ ਪਰ ਸਾਡੇ ਵਿਹੜੇ ਦੇ ਵਿੱਚ ਮਹਿਮਾਨ ਅੱਜ ਫਿਲਮੀ ਕਲਾਕਾਰ ਆ ਬਿਲਕੁਲ ਦੇਵ ਖਰੌੜ ਜਿਨ੍ਹਾਂ ਨੂੰ ਅਸੀਂ ਐਕਸ਼ਨ ਫਿਲਮਾਂ ਜਿਹਨੂੰ ਕਹਿੰਦੇ ਆ ਮਾਰ ਧਾੜ ਵਾਲੀਆਂ ਪੰਜਾਬੀ 'ਚ ਘੱਟ ਬਣਦੀਆਂ ਜਾਂ ਵਿਸ਼ਾ ਵਸਤੂ ਦੇ ਆਧਾਰ ਦੇ ਉੱਤੇ ਬਣਨ ਵਾਲੀਆਂ ਫਿਲਮਾਂ ਜਿਹੜੀਆਂ ਅੱਜ ਕੱਲ੍ਹ ਤਾਂ ਹਾਸੇ ਠੱਠੇ ਦੀ ਮੰਡੀ ਹੈ ਹਾਸੇ ਠੱਠੇ ਦੇ ਵਿੱਚ ਸਾਰਾ ਕੁਝ ਹੀ ਪਰੋਸਿਆ ਜਾਂਦਾ ਪਰ ਦੇਵ ਖਰੌੜ ਦੀਆਂ ਫਿਲਮਾਂ ਦੇ ਆਮ ਨਾਲੋਂ ਵਿਸ਼ੇ ਵੱਖਰੇ ਹੁੰਦੇ ਆ ਇਹਦੇ ਬਾਬਤ ਸਾਡੇ ਦਰਸ਼ਕ ਚੰਗੀ ਤਰ੍ਹਾਂ ਜਾਣਦੇ ਆ ਤੇ ਦੇਵ ਖਰੌੜ ਹੋਰੀ ਸਾਡੇ ਕੋਲ ਆਏ ਨੇ ਪਟਿਆਲਿਓਂ ਚੱਲ ਕੇ ਜੀ ਆਇਆਂ ਨੂੰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਬਾਈ ਜੀ ਪਹਿਲਾ ਸਵਾਲ ਤਾਂ ਥੋੜਾ ਜਿਹਾ ਮੈਂ ਆਪਦੇ ਫਾਇਦੇ ਵਾਲਾ ਪੁੱਛ ਲਾਂ ਤੁਸੀਂ ਵਾਵਾ ਐ ਪੂਰੇ ਲੋਗੜ ਵਾਲੇ ਸਰੀਰ ਦੇ ਮਾਲਕ ਹੁੰਦੇ ਸੀਗੇ ਐ ਤੁਹਾਡਾ ਜੁੱਸਾ ਬੜਾ ਤਕੜਾ ਹੁੰਦਾ ਸੀ ਆ ਹੁਣ ਲਿੱਸੇ ਜੇ ਹੋ ਗਏ ਆ ਤੇ ਸਾਡੀ ਵੀ ਆਮਦਨ ਵੱਧਦੀ ਨੇ ਢਿੱਡੀ ਵਧੀ ਜਾਂਦਾ ਵੀ ਇਹ ਮਾਜਰਾ ਕੀ ਆ ਕਿਵੇਂ ਢਿੱਡ ਘਟਾਈ ਦਾ ਬਈ ਜੀ ਪਹਿਲਾਂ ਜਦੋਂ ਮੈਂ ਪਹਿਲੀ ਫਿਲਮ ਕੀਤੀ ਸੀ ਗਾਂਧੀ ਉਦੋਂ ਮੈਂ ਬੜੀ ਮਿਹਨਤ ਕਰਦਾ ਸੀਗਾ ਬੜਾ ਫਿੱਟ ਹੋਇਆ ਉਹ ਸਫਲਤਾ ਮਿਲ ਗਈ ਦੂਜੀ ਵੇਲੇ ਠੀਕ ਸੀਗਾ ਫਿੱਟ ਸੀਗਾ ਉਹ ਹਿੱਟ ਹੋ ਗਈ ਡਾਕੂਆਂ ਦੇ ਮੁੰਡੇ ਵੇਲੇ ਫਿਰ ਉਹ ਵੱਡੀ ਹਿੱਟ ਹੋ ਗਈ ਉਹ ਤੋਂ ਬਾਅਦ ਮੈਨੂੰ ਲੱਗਿਆ ਵੀ ਚੱਲ ਰਹੀ ਆ ਛੱਡੋ ਸਰੀਰ ਵਾਲੇ ਪਾਸੇ ਧਿਆਨ ਦੇਣਾ ਛੱਡਤਾ ਸੋ ਫਿਰ ਬਲੈਕ ਏ ਬਲੂ ਕੇ ਆਈ ਤਾਂ ਉਦੋਂ ਵਾਹਵਾ ਲੱਗਦਾ ਸੀ ਮੈਂ ਹੈ ਨਾ ਤਾਂ ਹੁਣ ਜਦੋਂ ਲੱਗਿਆ ਕਿ ਯਾਰ ਨਹੀਂ ਵੀ ਅੱਜ ਕੱਲ੍ਹ ਫਿਟਨੈਸ ਦਾ ਜ਼ਮਾਨਾ ਹੈ ਅਤੇ ਤੁਹਾਨੂੰ ਯੂਥ ਫੋਲੋ ਕਰਦਾ ਸੋ ਤੁਸੀਂ ਉਹ ਤੁਹਾਨੂੰ ਰੋਲ ਮਾਡਲ ਮੰਨਦੇ ਨੇ ਤਾਂ ਫਿਟਨੈਸ ਜ਼ਰੂਰੀ ਹੈ ਸੋ ਹੁਣਾਂ ਵਿੱਚ ਇਹ ਕਰੋਨਾ ਦਾ ਟਾਈਮ ਸੀ ਵਿਹਲੇ ਸੀ ਮੈਂ ਕਿਹਾ ਇਧਰਲੇ ਪਾਸੇ ਜ਼ੋਰ ਲਾ ਲਈਏ ਪਰ ਮੈਂ ਇੱਕ ਗੱਲ ਅਕਸਰ ਕਹਿੰਦਾ ਹੁੰਦਾ ਕਿ ਜਿਹੜਾ ਆਰਟਿਸਟ ਆ ਜਾਂ ਕਲਾਕਾਰ ਆ ਉਹਦਾ ਵੀ ਕੰਮ ਫੌਜੀਆਂ ਵਾਲਾ ਹੀ ਹੁੰਦਾ ਜੰਗ ਲੱਗੇ ਨਾ ਲੱਗੇ ਬਟ ਤੁਹਾਨੂੰ ਅਭਿਆਸ ਕਰਨਾ ਹੀ ਪੈਂਦਾ ਹੈ ਨਾ ਉਹੀ ਹੈ ਜੀ ਕਿ ਹਰ ਟਾਈਮ ਤਿਆਰ ਰਹੋ ਪਤਾ ਨਹੀਂ ਕਦੋਂ ਕੰਮ ਆ ਜਾਵੇ ਕਿੱਦਾਂ ਦਾ ਰੋਲ ਮਿਲ ਜਾਵੇ ਸੋ ਹੁਣ ਜਿਹੜੇ ਮੇਰੇ ਅਗਲੇ ਰੋਲ ਨੇ ਉਹ ਹੈ ਵੀ ਇੱਦਾਂ ਦੇ ਕਿ ਉਹ 'ਚ ਫਿਟਨੈਸ ਜ਼ਰੂਰੀ ਸੀ ਸੋ ਹਾਲੇ ਕਾਰਵਾਂ ਚੱਲ ਰਿਹਾ ਜੀ ਹਾਲੇ ਮਿਹਨਤ ਜਾਰੀ ਹੈ ਅਤੇ ਰਾਤਰੀ ਰੋਟੀ ਛੱਡਤੀ ਰਾਤ ਦੀ ਰੋਟੀ ਛੱਡੀ ਹੋਈ ਹੈ ਜੀ 7 ਵਜੇ ਤੱਕ ਮੈਂ ਵੀ ਛੱਡੀ ਹੁੰਦੀ ਹੈ 10 ਵਜੇ ਮੇਰਾ ਇਰਾਦਾ ਬਦਲ ਜਾਂਦਾ ਕਈ ਵਾਰ ਹੁੰਦਾ ਹੈ ਕਈ ਵਾਰ ਹੁੰਦਾ ਜਦੋਂ ਲੱਗਿਆ ਨਾ ਵੀ ਕੋਈ ਸਾਹਮਣੇ ਖਾ ਰਿਹਾ ਉਦੋਂ ਕੰਟਰੋਲ ਨਹੀਂ ਰਹਿੰਦਾ ਸੋ ਜ਼ਿਆਦਾਤਰ ਕੰਟਰੋਲ ਹੀ ਰੱਖਦੇ ਹਾਂ ਪਰ ਕਈ ਵਾਰ ਨਹੀਂ ਰਹਿੰਦਾ ਫਿਰ ਜਿੱਦਾਂ ਕੰਟਰੋਲ ਨਹੀਂ ਹੁੰਦਾ ਉਦੋਂ ਫਿਰ ਸਾਰੀਆਂ ਕਸਰਾਂ ਪੂਰੀਆਂ ਕਰ ਲਈਦੀ ਮਨ ਸਮਝਾਉਣਾ ਔਖਾ ਹੈ ਟਾਣਾ ਸਾਹਿਬ ਦੇ ਬਾਈ ਜੀ ਤੁਹਾਡੀ ਜਿਹੜੀ ਪਛਾਣ ਹੈ ਨਾ ਉਹ ਪੰਜਾਬੀ ਸਿਨੇਮੇ ਦੇ ਵਿੱਚ ਬਣੀ ਹੋਈ ਹੈ ਰੁਪਿੰਦਰ ਗਾਂਧੀ ਫਿਲਮ ਕਰਕੇ ਹਾਂਜੀ ਬਲੈਕੀਆ ਕਰਕੇ ਡਾਕੂਆਂ ਦਾ ਮੁੰਡਾ ਕਰਕੇ
ਹੋਰ ਕਈ ਇਹੋ ਜਿਹੇ ਵਿਸ਼ੇ ਵਸਤੂ ਵਾਲੀਆਂ ਫਿਲਮਾਂ ਦੇ ਡੀਐਸਪੀ ਦੇਵ ਦੇ ਕਰਕੇ ਇਹ ਤੁਹਾਨੂੰ ਜਿਵੇਂ ਤੁਸੀਂ ਗੈਂਗਸਟਰਾਂ ਦੇ ਉੱਤੇ ਆਧਾਰਿਤ ਜਾਂ ਜ਼ਿੰਦਗੀ ਦੀ ਲੀਹ ਤੋਂ ਲੱਥੇ ਹੋਏ ਲੋਕ ਆ ਜਿਹੜੇ ਜਾਂ ਕੁਰਾਹੇ ਪੈ ਗਈ ਜਵਾਨੀ ਹੈ ਜਿਹੜੀ ਉਹ ਕਿਰਦਾਰ ਤੁਹਾਨੂੰ ਵੱਧ ਨਿਭਾਉਣੇ ਚੰਗੇ ਲੱਗਦੇ ਲੋਕਾਂ ਦੀ ਇੱਕ ਧਾਰਨਾ ਬਣ ਗਈ ਆ ਤੁਹਾਡਾ ਗੈਂਗਸਟਰਾਂ ਦੇ ਨਾਲ ਪਿਆਰ ਵੱਧਦਾ ਜਾਂ ਤੁਹਾਨੂੰ ਇਉਂ ਲੱਗਦਾ ਕਿ ਭਾਈ ਇਹ ਮੁੱਖ ਧਾਰਾ ਦੇ ਵਿੱਚ ਲੈ ਕੇ ਆਉਣੇ ਚਾਹੀਦੇ ਆ ਨਹੀਂ ਦੇਖੋ ਮੈਨੂੰ ਬਹੁਤ ਸਾਰੇ ਗੈਂਗਸਟਰਾਂ ਦੀਆਂ ਮੂਵੀਆਂ ਇਹ ਤੋਂ ਬਾਅਦ ਵੀ ਆਫਰ ਹੋਈਆਂ ਸੋ ਕਈ ਉਹਨਾਂ ਦੇ ਪਰਿਵਾਰਾਂ ਨੇ ਵੀ ਮੇਰੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗੱਲਬਾਤ ਵੀ ਹੋਈ ਬਟ ਫਿਰ ਮੈਨੂੰ ਲੱਗਿਆ ਕਿ ਯਾਰ ਵੀ ਮੈਂ ਗਲੋਰੀਫਾਈ ਨਹੀਂ ਕਰਨਾ ਕਿਸੇ ਨੂੰ ਹੈ ਨਾ ਜਿਵੇਂ ਰਹੀ ਗੱਲ ਰੁਪਿੰਦਰ ਗਾਂਧੀ ਦੀ ਉਸ ਟਾਈਮ ਮੈਂ ਸਟਰਗਲ ਕਰ ਰਿਹਾ ਸੀ ਤਾਂ ਉਸ ਟਾਈਮ ਮੈਨੂੰ ਇੱਕ ਫਿਲਮ ਮਿਲੀ ਪਰ ਮੈਂ ਰੁਪਿੰਦਰ ਗਾਂਧੀ ਬਾਰੇ ਜ਼ਿਆਦਾ ਨਹੀਂ ਸੀ ਜਾਣਦਾ ਕਿ ਕੌਣ ਹੈ ਕੀ ਨਹੀਂ ਹੈ ਸੋ ਪਹਿਲੀ ਫਿਲਮ ਡਾਇਰੈਕਟਰ ਦੇ ਉੱਤੇ ਸੀਗੀ ਪ੍ਰੋਡਕਸ਼ਨ ਹਾਊਸ ਦੇ ਉੱਤੇ ਸੀ ਮੈਂ ਸਿਰਫ ਐਕਟਿੰਗ ਕਰ ਰਿਹਾ ਸੀ ਜਦੋਂ ਮੈਂ 2 ਸਾਲ ਫਿਰ ਮੈਨੂੰ ਉਹ ਫਿਲਮ ਚੱਲੀ ਬਹੁਤ ਕੰਮ ਨਹੀਂ ਮਿਲਿਆ 2 ਸਾਲ ਬਾਅਦ ਫਿਰ 2 ਸਾਲ ਬਾਅਦ 1.5 ਜਾਂ 2 ਸਾਲ ਹੋ ਗਿਆ ਸੀ ਤਕਰੀਬਨ ਫਿਰ ਮੈਂ ਗਾਂਧੀ ਦੇ ਘਰੇ ਖੁਦ ਗਿਆ ਅਤੇ ਮੈਨੂੰ ਲੱਗਿਆ ਕਿ ਜੇ ਲੋਕ ਇਸ ਬੰਦੇ ਦੇ ਘਰੇ ਫੋਟੋਆਂ ਲਾ ਕੇ ਰੱਖੀਆਂ ਹੋਈਆਂ ਨੇ ਲੋਕ ਕਹਿੰਦੇ ਨੇ ਇਹਨੇ ਕੰਮ ਕੀਤੇ ਨੇ ਖੜਦਾ ਸੀ ਜਿਹੜੇ ਲੋਕ ਮਜ਼ਲੂਮ ਹੁੰਦੇ ਸੀ ਉਹਨਾਂ ਦੇ ਉਹਦੇ ਲਈ ਤਾਂ ਉਹ ਗੱਲਾਂ ਨਿਕਲ ਕੇ ਆਈਆਂ ਸਾਹਮਣੇ ਫਿਰ ਉਹ ਫਿਲਮ ਅਸੀਂ ਆਪ ਕੀਤੀ ਔਰ ਫਿਰ ਲੱਗਿਆ ਕਿ ਮੁੰਡੇ ਇਸ ਲਾਈਨ ਵੱਲ ਕਿਉਂ ਜਾਂਦੇ ਨੇ ਇੱਕ ਮੈਸੇਜ ਆਵੇ ਨਾ ਕਿ ਉਹਨੂੰ ਦੇਖ ਕੇ ਉੱਦਾਂ ਦੇ ਮੁੰਡੇ ਹੋਰ ਬਣਨ ਜੇ ਉਹ ਬੰਦੇ ਨੂੰ ਮਾਰਿਆ ਗਿਆ ਜਾਂ ਅੱਜ ਇਸ ਦੁਨੀਆਂ 'ਚ ਨਹੀਂ ਹੈ ਤਾਂ ਉਹਦੇ ਪਿੱਛੇ ਰੀਜ਼ਨ ਕੀ ਸੀਗਾ ਤਾਂ ਤੁਸੀਂ ਦੇਖਿਓ ਉਹਦੇ ਵਿੱਚ ਇੱਕ ਸਪੀਚ ਹੈ ਮੈਂ ਖੁਦ ਲਿਖੀ ਹੈ ਕਿ ਸਿਸਟਮ ਕਿਵੇਂ ਸਾਡੇ ਨੌਜਵਾਨਾਂ ਨੂੰ ਯੂਜ਼ ਕਰਦਾ ਸੋ ਕੋਸ਼ਿਸ਼ ਇਹੀ ਹੁੰਦੀ ਹੈ ਜੀ ਕਿ ਫਿਲਮ ਦੇਖ ਕੇ ਕਿਸੇ ਦਾ ਧੀ ਪੁੱਤ ਵਿਗੜੇ ਨਾ ਸਗੋਂ ਉਹ ਤੋਂ ਕੋਈ ਮੈਸੇਜ ਕੋਈ ਸੇਧ ਲੈ ਕੇ ਜਾਵੇ ਫਿਰ ਡਾਕੂਆਂ ਦਾ ਮੁੰਡਾ ਫਿਲਮ ਸੀਗੀ ਉਹ ਇੱਕ ਮੈਂ ਇੰਟਰਵਿਊ ਸੁਣੀ ਸੀਗੀ ਮਿੰਟੂ ਬਾਈ ਦੀ ਤਾਂ ਲੱਗਿਆ ਯਾਰ ਇਹ ਬਹੁਤ ਵੱਡੀ ਸੇਧ ਦਊਗੀ ਸਮਾਜ ਨੂੰ ਜੇ ਇਸ ਬੰਦੇ ਉੱਤੇ ਫਿਲਮ ਬਣਦੀ ਹੈ ਨਾ ਤਾਂ ਡਾਕੂਆਂ ਦਾ ਮੁੰਡਾ ਜਿਹੜਾ ਨਾਵਲ ਆ ਉਹ ਫਿਰ ਪੜ੍ਹਿਆ ਅਸੀਂ ਤਾਂ ਉੱਥੇ ਫਿਲਮ ਬਣੀ ਅਤੇ ਉਹਨੇ ਬਹੁਤ ਸਾਰੇ ਲੋਕ ਜਿਹੜੇ ਨਸ਼ੇ ਕਰਦੇ ਸੀ ਮੇਨ ਸਟ੍ਰੀਮ 'ਚ ਲੈ ਕੇ ਆਏ ਸੋ ਮੈਨੂੰ ਬਹੁਤ ਸਾਰੇ ਲੋਕ ਇੱਦਾਂ ਦੇ ਮਿਲੇ ਵੀ ਫੈਮਲੀਆਂ ਨਾਲ ਕਿ ਸਾਡਾ ਮੁੰਡਾ ਬਹੁਤ ਨਸ਼ਾ ਕਰਦਾ ਸੀ ਤੁਹਾਡੀ ਫਿਲਮ ਦੇਖ ਕੇ ਵਾਪਸ ਆਇਆ ਜੀ ਇਹ ਔਰ ਛੱਡੇ ਲੋਕਾਂ ਨੇ ਬਕਾਇਦਾ ਨਸ਼ੇ ਤਾਂ ਲੱਗਿਆ ਯਾਰ ਕਿ ਅਸੀਂ ਜੇ 2-4 ਬੰਦੇ ਵੀ ਵਾਪਸ ਲਏ ਤਾਂ ਅਸੀਂ ਆਪਣਾ ਕਹਿਣ 'ਚ ਸਫਲ ਹੋ ਗਏ ਪਰ ਮੈਂ ਇੱਕ ਗੱਲ ਹੋਰ ਟਹਿਣਾ ਸਾਹਿਬ ਕਹਿਣੀ ਚਾਹੂੰਗਾ ਕਿ ਮੇਰੀ ਰੁਪਿੰਦਰ ਗਾਂਧੀ ਤੋਂ ਗਾਂਧੀ ਨਹੀਂ ਬਣਿਆ ਜੇ ਗਾਂਧੀ ਹੈਗਾ ਸੀ ਤਾਂ ਗਾਂਧੀ ਫਿਲਮ ਬਣੀ ਜੇ ਮਿੰਟੂ ਗੁਰਸਰੀਆ ਹੈਗਾ ਸੀ ਤਾਂ ਮਿੰਟੂ ਗੁਰਸਰੀਆ ਉੱਤੇ ਫਿਲਮ ਬਣੀ ਇਹ ਜਿਹੜੀਆਂ ਫਿਲਮਾਂ ਨੇ ਸਾਡੇ ਜਿਹੜੇ ਆਲੇ ਦੁਆਲੇ ਸਮਾਜ 'ਚ ਵਾਪਰ ਰਿਹਾ ਹੁੰਦਾ ਉਸੇ ਤੋਂ ਹੀ ਇੰਸਪਾਇਰਡ ਹੁੰਦੀਆਂ ਨੇ ਬਟ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਉਹਦੇ ਜ਼ਰੀਏ ਕਿਸੇ ਨੂੰ ਗਲਤ ਮੈਸੇਜ ਨਹੀਂ ਜਾਣਾ ਚਾਹੀਦਾ ਸਗੋਂ ਉਹਦੇ ਇਹ ਦਿਖਾਉਣੇ ਚਾਹੀਦੇ ਨੇ ਕਿ ਜੇ ਇਹ ਬੰਦਾ ਇੱਦਾਂ ਦਾ ਬਣਿਆ ਤਾਂ ਇਹਦੇ ਪਿੱਛੇ ਕਾਰਨ ਕੀ ਸੀ ਹਮੇਸ਼ਾ ਮੁੰਡਿਆਂ ਨੂੰ ਨੌਜਵਾਨਾਂ ਨੂੰ ਗਲਤ ਨਾ ਠਹਿਰਾਓ ਕਿਤੇ ਨਾ ਕਿਤੇ ਸਾਡਾ ਸਿਸਟਮ ਵੀ ਬਹੁਤ ਵੱਡਾ ਜ਼ਿੰਮੇਵਾਰ ਹੁੰਦਾ ਹੈ ਅੱਜ ਕੱਲ੍ਹ ਜਿਸ ਤਰੀਕੇ ਦੇ ਨਾਲ ਗੈਂਗਵਾਰ ਦੀਆਂ ਖਬਰਾਂ ਆਉਂਦੀਆਂ ਫੇਸਬੁੱਕ ਦੇ ਉੱਤੇ ਇੱਕ ਗੈਂਗਸਟਰਾਂ ਦਾ ਗਰੁੱਪ ਦੂਜੇ ਨੂੰ ਧਮਕੀ ਦਿੰਦਾ ਹੁਣ ਤਾਂ ਜੇਲ੍ਹਾਂ ਦੇ ਵਿੱਚੋਂ ਵੀ ਇਹ ਕੁਝ ਹੋਣ ਲੱਗ ਗਿਆ ਇਹਦੇ ਬੰਦੇ ਮਾਰ ਦਿਆਂਗੇ ਤੁਸੀਂ ਵੀ ਤਿਆਰ ਰਹੋ ਖਿੱਚ ਦਾਂਗੇ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ ਇਹ ਗੱਲਾਂ ਫਿਰ ਤੁਹਾਡੇ ਅਚੇਤ ਸੁਚੇਤ ਮਨ ਦੇ ਉੱਤੇ ਅਸਰ ਪਾਉਂਦੀਆਂ ਕਿਉਂਕਿ ਤੁਸੀਂ ਇਸ ਦੌਰ ਦੀਆਂ ਫਿਲਮਾਂ ਦੀ ਗੱਲ ਕਰਦੇ ਹੋ ਜੀ ਔਰ ਇਹਦੇ ਨਾਲ ਹੀ ਨੌਜਵਾਨ ਪੀੜ੍ਹੀ ਹੁਣ ਗੈਂਗਸਟਰ ਅਖਵਾਉਣਾ ਮਾਣ ਵਾਲੀ ਗੱਲ ਸਮਝਣ ਲੱਗ ਗਈ ਹੁਣ ਤਾਂ ਗਾਇਕਾਂ ਦੇ ਗਰੁੱਪ ਵੀ ਗੈਂਗਸਟਰ ਗਰੁੱਪ ਬਣ ਗਏ ਆ ਜੀ ਰਾਈਟ ਮੈਨੂੰ ਲੱਗਦਾ ਗਾਇਕ ਜ਼ਿਆਦਾ ਲੜਦੇ ਆਪਸ 'ਚ ਇੱਕ ਦੂਜੇ ਨੂੰ ਤੁਸੀਂ ਦੇਖਿਓ ਗਾਣੇ ਦੇ ਵਿੱਚ ਮਿਹਣੇ ਤਾਂ ਨਹੀਂ ਹੁੰਦੇ ਨੇ ਵੀ ਫਲਾਣੇ ਨੇ ਐਂ ਕਿਹਾ ਸੀ ਫਲਾਣੇ ਨੇ ਐਂ ਕਿਹਾ ਸੀ ਇਹ ਜ਼ਿਆਦਾ ਚੱਲਦਾ ਤੂੰ ਵੀ ਤੇ ਉਂਗਲ ਵੱਜਦੀ ਸੀ ਹੁਣ ਪੱਟ ਤੇ ਹੱਥ ਵੱਜਦਾ ਪੱਟ ਤੇ ਹੱਥ ਵੱਜਦਾ ਚਲੋ ਇਹ ਆਪਣਾ ਆਪਣਾ ਦਾ ਹਜ਼ਾਰ ਬੰਦੇ ਦਾ ਬਟ ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ ਜੀ ਫਿਰ ਇਹ ਸਾਡਾ ਸਿਸਟਮ ਹੀ ਜ਼ਿੰਮੇਵਾਰ ਹੈ ਇਹਦੇ ਪਿੱਛੇ ਮੈਂ ਪਿੱਛੇ ਜੇ ਇੱਕ ਨਾ ਕੋਈ ਬੰਦਾ ਜੇਲ੍ਹ 'ਚੋਂ ਛੁੱਟ ਕੇ ਆਇਆ ਸੀ ਮੈਂ ਨਾਂ ਤਾਂ ਨਹੀਂ ਲਊਂਗਾ ਮੈਂ ਉਹਦੀ ਇੰਟਰਵਿਊ ਮੈਨੂੰ ਇਹੋ ਜਿਹਾ ਇੰਟਰਵਿਊ ਸੁਣਨੀਆਂ ਬਹੁਤ ਚੰਗੀਆਂ ਲੱਗਦੀਆਂ ਨੇ ਜੇ ਕੋਈ ਬੰਦਾ ਜੇਲ੍ਹ 'ਚੋਂ ਆਇਆ ਆਪਣੀ ਜ਼ਿੰਦਗੀ ਬਾਰੇ ਦੱਸ ਰਿਹਾ ਕਿ ਮੈਂ ਕਿਉਂ ਇਸ ਲਾਈਨ ਦੇ ਵਿੱਚ ਗਿਆ ਜਾਂ ਮੈਂ ਕਿਉਂ ਗੈਂਗਸਟਰ ਬਣਿਆ ਉਸ ਬੰਦੇ ਨੇ ਇੱਕ ਬੜੀ ਵਧੀਆ ਗੱਲ ਕਹੀ ਕਿ ਸਾਨੂੰ ਕਹਿੰਦੇ ਨੇ ਕਿ ਸਾਨੂੰ ਮੁੰਡੇ ਫੜਾਓ ਵੀ ਅੱਜ ਸਾਡਾ ਨਾਮ ਇੰਨਾ ਕੁ ਹੁਣ ਪਰਚੇ ਸਾਡੇ 'ਤੇ ਇੰਨੇ ਪੈ ਗਏ ਤਾਂ ਕੁਛ ਵੀ 19 ਭਾਵੇਂ ਅਸੀਂ ਇਨਵੋਲਵ ਉਹਦੇ ਵਿੱਚ ਨਾ ਹੋਈਏ ਬਟ ਸਾਨੂੰ ਚੱਕ ਲਿਆ ਜਾਂਦਾ ਖਿੱਚ ਲਿਆ ਜਾਂਦਾ ਅਤੇ ਫਿਰ ਕਹਿੰਦੇ ਸਾਨੂੰ ਬੰਦੇ ਦਿਓ ਫਿਰ ਕਹਿੰਦਾ ਅਸੀਂ ਕੀ ਕਰਦੇ ਹਾਂ ਕਿ ਅਸੀਂ ਨਵੇਂ ਮੁੰਡੇ ਤਿਆਰ ਕਰਦੇ ਹਾਂ ਨਵੇਂ ਮੁੰਡਿਆਂ ਨੂੰ ਇਸ ਲਾਈਨ 'ਚ ਲੈ ਕੇ ਆਉਂਦੇ ਹਾਂ ਅਤੇ ਉਹਨਾਂ ਤੋਂ ਜਦੋਂ ਕੰਮ ਲੈਣਾ ਹੁੰਦਾ ਜਦੋਂ ਫਿਰ ਉਹ ਸਾਨੂੰ ਕਹਿੰਦੇ ਨੇ ਸਰਕਾਰੀ ਬੰਦੇ ਕਿ ਸਾਨੂੰ ਹੁਣ ਤੁਸੀਂ ਕੋਈ ਬੰਦੇ ਦਿਓ ਕਹਿੰਦਾ ਫਿਰ ਸਾਨੂੰ ਉਹ ਮੁੰਡੇ ਦੇਣੇ ਪੈਂਦੇ ਜਿਹੜਾ ਬੰਦਾ ਹੁਣ 18-19 ਸਾਲ ਦਾ ਜਾਂ 16-17 ਸਾਲ ਦਾ ਇਸ ਲਾਈਨ 'ਚ ਆ ਗਿਆ ਨਾਮ ਲਈ ਉਦੋਂ ਕਿਸੇ ਨੂੰ ਸਮਝ ਨਹੀਂ ਹੁੰਦੀ ਜਦੋਂ ਅਸੀਂ ਵੀ ਗੇਮ ਕਰਦੇ ਹੁੰਦੇ ਸੀਗੇ ਮੈਂ ਵਿੰਗ 'ਚ ਸੀਗਾ ਤਾਂ ਸਪੋਰਟਸ ਵਾਲੇ ਹਮੇਸ਼ਾ ਹੀ ਸਪੋਰਟਸ ਵਾਲੇ ਮੁੰਡੇ ਕਿਉਂ ਆਉਂਦੇ ਨੇ ਇੱਕ ਤਾਂ ਫਿੱਟ ਹੁੰਦੇ ਨੇ ਜੇ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਸਾਨੂੰ ਵੀ ਯੂਜ਼ ਕਰਦੇ ਸੀ ਫਲਾਣੀ ਥਾਂ 'ਤੇ ਬੋਲੀ ਹੈ ਜੀ ਚਲੋ ਚੱਲੀਏ ਰਜਿੰਦਰਾ ਹੋਸਪਿਟਲ ਦੇ ਸਾਈਕਲ ਸਟੈਂਡ ਦੀ ਬੋਲੀ ਆ ਉੱਥੇ ਚਲੋ ਅਸੀਂ ਚਲੇ ਜਾਂਦੇ ਸੀ ਮੇਰੇ ਨਾਲ ਦੇ ਬਹੁਤ ਸਾਰੇ ਮੁੰਡੇ ਬਰਬਾਦ ਹੋਏ ਆ ਜੀ ਹੁਣ ਇਸ ਦੁਨੀਆਂ 'ਤੇ ਨਹੀਂ ਹੈਗੇ ਮੈਂ ਸੀਗਾ ਕਿ ਮੈਂ ਇਸ ਲਾਈਨ ਵੱਲ ਆ ਗਿਆ ਗੇਮ ਵੱਲ ਰਿਹਾ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸ਼ੁਰੂ ਤੋਂ ਤੁਹਾਡਾ ਪਿੱਛਾ ਕਰਨਾ ਨੌਜਵਾਨਾਂ ਦਾ ਸ਼ੁਰੂ ਕਰ ਦਿੰਦੇ ਹੁਣ ਇਹ ਪੇਰੈਂਟਸ ਦੇ ਉੱਤੇ ਹੈ ਕਿ ਕਿੱਦਾਂ ਦੀ ਸੇਧ ਦੇਣੀ ਹੈ ਨੌਜਵਾਨਾਂ ਨੂੰ ਖੁਦ ਚਾਹੀਦਾ ਕਿ ਇਹ ਜਿਹੜਾ ਜ਼ਿੰਦਗੀ ਹੈ ਵਾਰ ਵਾਰ ਤਾਂ ਮਿਲਦੀ
ਕਿ ਉਹ ਫਰੌਤੀਆਂ ਲੈਣ ਦੇ ਵਿੱਚੋਂ ਕਹਿੰਦਾ ਸੀ ਤੁਸੀਂ ਫਰੌਤੀ ਮੰਗੋ ਵਿੱਚ ਮੇਰਾ ਇੰਨਾ ਹਿੱਸਾ ਹੋਊਗਾ ਤਾਂ ਕਿਤੇ ਨਾ ਕਿਤੇ ਸਿਸਟਮ ਵੀ ਜ਼ਿੰਮੇਵਾਰ ਹੈ ਨਾ ਜੀ ਤੇ ਨੌਜਵਾਨਾਂ ਨੂੰ ਕਿਉਂ ਨਹੀਂ ਅਸੀਂ ਮੇਨ ਸਟ੍ਰੀਮ 'ਚ ਲਿਆ ਸਕਦੇ ਜੀ ਪਰ ਜਿਹੜਾ ਟਹਿਣਾ ਸਾਹਿਬ ਦਾ ਸਵਾਲ ਸੀ ਮੈਂ ਦੁਬਾਰਾ ਦੁਹਰਾਉਂਦੀ ਹਾਂ ਕਿ ਜਦੋਂ ਤੁਸੀਂ ਇਹ ਸਾਰੀਆਂ ਫਿਲਮਾਂ ਕੀਤੀਆਂ ਜਾਂ ਅੱਗੇ ਵੀ ਜਦੋਂ ਕਿਤੇ ਗੈਂਗਸਟਰਸ ਦੀ ਲਾਈਫ ਦੇ ਬਾਰੇ 'ਚ ਜਾਣਦੇ ਹੋ ਤੁਹਾਡੇ ਮਨ ਦੇ ਉੱਪਰ ਉਸ ਚੀਜ਼ ਦਾ ਕਿੰਨਾ ਕੁ ਅਸਰ ਹੁੰਦਾ ਕਿਉਂਕਿ ਜਦੋਂ ਬੰਦਾ ਇੱਕ ਫਿਲਮ ਨੂੰ ਵੇਖਦਾ ਤੇ ਜਦੋਂ ਉਸ ਕਿਰਦਾਰ ਨੂੰ ਨਿਭਾਉਂਦਾ ਦੋਵਾਂ 'ਚ ਅੰਤਰ ਹੁੰਦਾ ਆਮ ਬੰਦੇ ਨੇ ਜਾਣਾ ਦੋ 250 ਦੀ ਟਿਕਟ ਲਈ 2.5 ਘੰਟੇ ਦੇ ਵਿੱਚ ਉਹਨੇ ਤਾੜੀਆਂ ਮਾਰੀਆਂ ਦੇਖਿਆ ਕਮਾਲ ਲੱਗੀ ਗਾਣੇ ਦੇ ਉੱਤੇ ਮਨ ਬਹਿਲਾ ਲਿਆ ਅਤੇ ਥੜ ਥੜ ਦੇਖ ਲਈ ਪਰ ਤੁਸੀਂ ਉਹਨੂੰ ਸੁਣ ਕੇ ਉਹਨੂੰ ਇਉਂ ਮਹਿਸੂਸ ਕਰਨਾ ਹੁੰਦਾ ਵੀ ਮੇਰੇ ਪਿੰਡੇ ਦੇ ਉੱਤੇ ਹੰਡਾਈ ਗੱਲ ਮੇਰੇ ਨਾਲ ਉਹ ਵੇਰਵਾ ਕੀ ਆ ਉਹ ਬੜਾ ਇੱਕ ਜਿਵੇਂ ਗਾਂਧੀ ਦਾ ਕਿਰਦਾਰ ਕੀਤਾ ਸੀ ਤਾਂ ਗਾਂਧੀ ਦਾ ਕਿਰਦਾਰ ਕਾਫੀ ਟਾਈਮ ਮੇਰੇ ਅੰਦਰ ਰਿਹਾ ਇੱਕ ਤਾਂ ਮੇਰੀ ਪਹਿਲੀ ਫਿਲਮ ਸੀ ਇੱਕ ਉਹਨੂੰ ਸਫਲਤਾ ਮਿਲੀ ਸੀਗੀ ਇੱਕ ਦੂਜਾ ਲੋਕ ਮੈਨੂੰ ਬੁਲਾਉਣ ਵੀ ਗਾਂਧੀ ਦੇ ਨਾਂ ਨਾਲ ਲੱਗ ਗਏ ਸੀਗੇ ਅਤੇ ਜਦੋਂ ਮੈਂ ਉਹ ਕਰ ਰਿਹਾ ਸੀਗਾ ਜਾਂ ਭੈਣ ਨੂੰ ਬਚਾਉਣ ਵਾਲਾ ਸੀਨ ਕਰਦਾ ਸੀ ਤਾਂ ਮੈਨੂੰ ਲੱਗਦਾ ਸੀ ਯਾਰ ਬੰਦਾ ਬੜਾ ਚੰਗਾ ਸੀਗਾ ਵੀ ਯਾਰ ਜੇ ਇਸ ਬੰਦੇ ਦੀਆਂ ਫੋਟੋਆਂ ਲੱਗੀਆਂ ਨੇ ਜਾਂ ਜਿਹੜੇ ਲੋਕ ਕਹਿੰਦੇ ਨੇ ਹਾਂਜੀ ਸਾਡੀ ਕੁੜੀ ਇਸ ਬੰਦੇ ਨੇ ਵਸਾਈ ਹੈ ਜਾਂ ਉਸ ਇਲਾਕੇ ਦੀਆਂ ਕੁੜੀਆਂ ਨੂੰ ਇਹ ਭੈਣਾਂ ਕਹਿੰਦਾ ਸੀਗਾ ਪਰ ਕਈ ਵਾਰ ਲੱਗਦਾ ਵੀ ਹੁੰਦਾ ਸੀ ਕਿ ਯਾਰ ਇਹੋ ਜਿਹੇ ਬੰਦੇ ਸਮਾਜ ਦੇ ਵਿੱਚ ਹੋਣੇ ਵੀ ਚਾਹੀਦੇ ਨੇ ਜੇ ਇੱਦਾਂ ਦੇ ਬੰਦੇ ਹੋਣ ਜਿਹੜੇ ਕਈ ਵਾਰ ਸਾਡਾ ਜੇ ਅਸੀਂ ਕਹਿ ਦਈਏ ਜਾਂ ਪੁਲਿਸ ਵਾਲਿਆਂ ਦੇ ਅਸੀਂ ਪੂਰੀ ਤਰ੍ਹਾਂ ਯਕੀਨ ਨਹੀਂ ਕਰਦੇ ਹੈਗੇ ਕਿ ਸਾਨੂੰ ਇਨਸਾਫ ਮਿਲੂਗਾ ਸੋ ਇਹੋ ਜਿਹੇ ਬੰਦੇ ਵੀ ਚਾਹੀਦੇ ਨੇ ਕਈ ਵਾਰ ਐਂ ਲੱਗਦਾ ਹੁੰਦਾ ਬਟ ਫਿਰ ਉਹੀ ਗੱਲ ਕਹੂੰਗਾ ਜੀ ਕਿ ਆ ਜਿਹੜੇ ਸਾਡੇ ਜਿੰਨੇ ਵੀ ਨੌਜਵਾਨ ਨੇ ਇਹਨਾਂ ਨੂੰ ਕਿਤੇ ਨਾ ਕਿਤੇ ਯੂਜ਼ ਵੀ ਕੀਤਾ ਜਾਂਦਾ ਹੈ ਜ਼ਰੂਰੀ ਨਹੀਂ ਕਿ ਸਾਡੀ ਜਵਾਨੀ ਉਹ ਗਲਤ ਹੁੰਦੀ ਹੈ ਕਿਤੇ ਨਾ ਕਿਤੇ ਸਿਸਟਮ ਦਾ ਵੀ ਕਸੂਰ ਹੈ ਜੀ ਸੋ ਜਿਵੇਂ ਹੁਣ ਮਿੰਟੂ ਗੁਰਸੂਰੀਆ ਬਾਈ ਦਾ ਕਿਰਦਾਰ ਕੀਤਾ ਸੀ ਤਾਂ ਉਹਦੇ ਵਿੱਚ ਵੀ ਲੱਗਿਆ ਕਿ ਇੱਕ ਬੰਦਾ ਨਸ਼ਿਆਂ ਦੇ ਵਿੱਚ ਕਿਵੇਂ ਗਿਆ ਕਿਵੇਂ ਸਿਰਫ ਨਾਮ ਦੇ ਨਾਲ ਕਿਵੇਂ ਉਹਨੂੰ ਯੂਜ਼ ਕੀਤਾ ਗਿਆ ਸੋ ਇਹ ਸਾਡੇ ਨੌਜਵਾਨਾਂ ਨਾਲ ਹੋ ਰਿਹਾ ਤਾਂ ਬਹੁਤ ਤਕਲੀਫ ਹੁੰਦੀ ਹੈ ਬਹੁਤ ਫੀਲ ਹੁੰਦਾ ਹੈ ਕਿ ਇਹ ਜਿਹੜਾ ਟਾਈਮ ਹੁੰਦਾ ਇਹ ਤੁਹਾਡਾ ਫਿਊਚਰ ਬਣਾਉਣ ਦਾ ਟਾਈਮ ਹੁੰਦਾ ਤੁਸੀਂ ਪਿਛਲੇ ਸਵਾਲ ਦੇ ਉੱਤਰ ਦੇ ਵਿੱਚ ਇਹ ਗੱਲ ਕਹੀ ਵੀ ਸਾਨੂੰ ਵੀ ਇਸ ਰਾਹ ਦੇ ਉੱਤੇ ਤੋਰਨ ਦੀ ਕੋਸ਼ਿਸ਼ ਕੀਤੀ ਗਈ ਰਜਿੰਦਰਾ ਹਸਪਤਾਲ ਦੀ ਬੋਲੀ ਵਾਲੀ ਗੱਲ ਤੁਹਾਡੇ ਕਈ ਮਿੱਤਰ ਮੌਤ ਦੀ ਬੁੱਕਲ ਦੇ ਵਿੱਚ ਚਲੇ ਗਏ ਬਿਲਕੁਲ ਤੁਹਾਨੂੰ ਵੀ ਕਿਸੇ ਨੇਤਾ ਨੇ ਕਿਹਾ ਸੀ ਵੀ ਭਾਈ ਆ ਜਾਓ ਆਪ ਪੁੱਠੇ ਸਿੱਧੇ ਕੰਮਾਂ 'ਚ ਪਾਓ ਜਾਂ ਜਵਾਨੀ ਦੇ ਜੋਸ਼ ਦੇ ਵਿੱਚ ਕਿਹਾ ਵੀ ਆਪਾਂ ਕਿਹੜਾ ਸਿਰ ਪਾੜ ਨੂੰ ਹਟਦੇ ਹਾਂ ਨਹੀਂ ਜਵਾਨੀ ਦਾ ਜੋਸ਼ ਤਾਂ ਹੁੰਦਾ ਹੀ ਹੁੰਦਾ ਜਵਾਨੀ ਦਾ ਜੋਸ਼ ਤਾਂ ਹੁੰਦਾ ਹੀ ਹੁੰਦਾ ਬਟ ਪੋਲੀਟੀਕਲ ਲੋਕ ਤੁਹਾਡੇ ਨਾਲ ਜੁੜੇ ਹੁੰਦੇ ਨੇ ਤੁਹਾਨੂੰ ਵੀ ਇਸ ਗੱਲ ਲਈ ਕਿਹਾ ਗਿਆ ਜਿਹੜੇ ਪ੍ਰਧਾਨ ਬਣੇ ਹੁੰਦੇ ਨੇ ਨਵੇਂ ਕਾਲਜਾਂ ਦੇ ਉਹਨਾਂ ਦੇ ਕਨੈਕਸ਼ਨ ਹੁੰਦੇ ਨੇ ਹੁਣ ਜਿਹੜਾ ਮੇਰੇ ਵਰਗਾ ਕਾਲਜ 'ਚ ਚਲਾ ਗਿਆ ਉਹਦਾ ਕਨੈਕਸ਼ਨ ਕਿਹਦੇ ਨਾਲ ਆ ਪ੍ਰਧਾਨ ਨਾਲ ਆ ਹੁਣ ਪ੍ਰਧਾਨ ਦਾ ਕਨੈਕਸ਼ਨ ਕਿਹਦੇ ਨਾਲ ਉਹਦਾ ਪੋਲੀਟੀਕਲ ਕਿਸੇ ਬੰਦੇ ਦੇ ਸੋ ਅਸੀਂ ਰੈਲੀਆਂ ਦੇ ਵਿੱਚ ਵੀ ਜਾਂਦੇ ਰਹੇ ਹਾਂ ਕਿ ਫਲਾਣੇ ਉਹਦੀ ਰੈਲੀ ਹੈ ਜੀ ਚਲੋ ਰੈਲੀ 'ਚ ਚੱਲ ਚੱਲੇ ਡਾਂਗ ਸੋਟਾ ਖੜਕਾਉਂਦੇ ਸੀਗੇ ਡਾਂਗ ਸੋਟਾ ਖੜਕਿਆ ਜੀ ਬਹੁਤ ਖੜਕਿਆ ਸੱਟਾਂ ਵੀ ਖਾਧੀਆਂ ਵੱਜੀਆਂ ਵੀ ਮਾਰੀਆਂ ਵੀ ਸੋ ਥਾਣਿਆਂ 'ਚ ਵੀ ਗਏ ਇਹ ਸ਼ੁਕਰ ਪਰਚਾ ਨਹੀਂ ਪਿਆ ਇਹ ਸ਼ੁਕਰ ਰਹਿ ਗਿਆ ਕਿ ਪਰਚਿਆਂ ਤੋਂ ਬਚ ਗਏ ਸੋ ਇਹ ਸ਼ੁਕਰ ਰਿਹਾ ਤੇ ਫਿਰ ਲੱਗਿਆ ਕਿ ਨਹੀਂ ਯਾਰ ਵੀ ਇਹ ਰਾਹ ਖੁਦ ਨੂੰ ਫੀਲ ਹੋਇਆ ਗਲਤ ਹੈ ਤੁਹਾਡੇ ਨਾਲ ਮੈਂ ਸਮਝਾਇਆ ਸਾਡਾ ਇੱਕ ਮੁੰਡਾ ਸਾਡਾ ਮੇਰਾ ਦੋਸਤ ਸੀਗਾ ਹੁਣ ਤਾਂ ਉਹ ਇਸ ਦੁਨੀਆ 'ਚ ਨਹੀਂ ਹੈ ਸ਼ਹਿਰੀ ਉਹਨੂੰ ਬੜਾ ਸਮਝਾਉਂਦੇ ਸੀ ਕਿ ਵੀ ਚੱਲ ਯਾਰ ਛੱਡੀ ਆਪਾਂ ਇਹ ਆਪਾਂ ਗੇਮ ਵਾਲੇ ਬੰਦੇ ਹਾਂ ਆਪਾਂ ਕਿਤੇ ਹਨਾ ਵੀ ਆਪਣੀ ਗੇਮ ਚੰਗੀ ਆ ਸੋ ਉਦੋਂ ਸਾਡੇ ਲਈ ਜੋਬਸ ਦੀਆਂ ਓਪਰਚੁਨਿਟੀ ਸੀਗੀਆਂ ਅਤੇ ਈਵਨ ਕਿ ਮੈਂ ਤਾਂ ਪੰਜਾਬ ਪੁਲਿਸ ਚਲਾ ਵੀ ਗਿਆ ਸੀਗਾ ਬਟ ਫਿਰ ਮੇਰੇ ਇੱਧਰਲੀ ਥੋੜ੍ਹੀ ਜਿਹੀ ਸੀਗੀ ਫਿਲਮੀ ਲਾਈਨ ਦੀ ਅਤੇ ਫਿਰ ਮੈਂ ਰਿਜ਼ਾਈਨ ਦੇ ਕੇ ਫਿਰ ਦੁਬਾਰਾ ਇੱਧਰ ਸਟਰਗਲ ਸ਼ੁਰੂ ਕੀਤੀ ਤਾਂ ਬਟ ਉਹ ਨਹੀਂ ਕਈ ਮੁੰਡੇ ਨਿੱਕ ਮੁੜ ਜਾਂਦੇ ਆ ਕਈ ਕਈ ਨਹੀਂ ਮੁੜ ਸਕਦੇ ਤੁਹਾਡੇ ਨਾਲ ਦੇ ਸਾਥੀ ਆ ਜਿਹੜੇ ਕੁਝ ਕੁ ਉਹ ਵੱਡੇ ਗੈਂਗਸਟਰ ਬਣ ਗਏ ਉਹਨਾਂ ਦੇ ਮੁਕਾਬਲੇ ਵੀ ਹੋਏ ਨਹੀਂ ਉਹ ਵੱਡੇ ਗੈਂਗਸਟਰ ਤਾਂ ਨਹੀਂ ਬਣੇ ਉਹ ਨਸ਼ਿਆਂ ਦੀ ਦੁਨੀਆ 'ਚ ਹੀ ਰੁਲ ਕੇ ਰਹਿ ਗਏ ਅੱਛਾ ਥੋੜ੍ਹੀਆਂ ਬਹੁਤ ਜੇਲ੍ਹਾਂ ਪਰਚੇ ਪੁਰਚੇ ਪੈ ਗਏ ਥੋੜ੍ਹਾ ਬਹੁਤ ਨਸ਼ੇ ਨੁਸ਼ਿਆਂ ਦੇ ਵਿੱਚ ਚਲੇ ਗਏ ਤਾਂ ਪਰਚੇ ਪੁਰਚਿਆਂ ਦੇ ਵਿੱਚ ਜ਼ਿੰਦਗੀ ਉਹਨਾਂ ਦੀ ਮਤਲਬ ਜੋ ਜਿਸ ਪੱਧਰ ਦੇ ਉਹ ਪਲੇਅਰ ਸੀਗੇ ਜਾਂ ਉਹਨਾਂ ਨੂੰ ਕੋਈ ਜੋਬ ਮਿਲ ਸਕਦੀ ਸੀ ਉੱਥੇ ਤੱਕ ਨਹੀਂ ਪਹੁੰਚ ਸਕੇ ਅੱਜ ਉਹਨਾਂ ਦੀ ਲਾਈਫ ਮਤਲਬ ਵਿੱਚ ਵਿਚਾਲੇ ਫਸ ਕੇ ਰਹਿ ਗਈ ਪਰ ਇਸ ਦੁਨੀਆ ਨੂੰ ਛੱਡ ਕੇ ਵਾਪਸ ਹੋਣਾ ਕਿਉਂਕਿ ਅਸੀਂ ਅਕਸਰ ਪੜ੍ਹਦੇ ਸੁਣਦੇ ਹਾਂ ਕਿ ਜਦੋਂ ਬੰਦਾ ਵਾਪਸੀ ਦੀ ਵੀ ਕੋਸ਼ਿਸ਼ ਕਰਦਾ ਤਾਂ 100 ਤਰ੍ਹਾਂ ਦਾ ਪ੍ਰੈਸ਼ਰ ਵੀ ਪਾਇਆ ਜਾਂਦਾ ਹੈ ਇਸ ਦੁਨੀਆ ਨੂੰ ਛੱਡ ਕੇ ਆਉਣਾ ਕਿੰਨਾ ਔਖਾ ਵਨ ਵੇ ਟ੍ਰੈਫਿਕ ਵਾਲੀ ਗੱਲ ਹੈ ਕਹਿੰਦੇ ਆ ਬਿਲਕੁਲ ਔਖਾ ਦੇਖੋ ਥੋੜੀਆਂ ਦੁਸ਼ਮਣੀਆਂ ਪੈ ਚੁੱਕੀਆਂ ਹੁੰਦੀਆਂ ਨੇ ਤੁਸੀਂ ਪਿੱਛੇ ਜੇ ਦੇਖਿਆ ਹੀ ਆ ਜਿਹੜੇ ਬੰਦੇ ਮੇਨ ਸਟ੍ਰੀਮ 'ਚ ਆਏ ਵੀ ਨੇ ਤਾਂ ਉਹਨਾਂ ਨੂੰ ਮਾਰ ਦਿੱਤਾ ਗਿਆ ਜਾਂ ਮਰਵਾ ਦਿੱਤਾ ਗਿਆ ਜਾਂ ਬਠਿੰਡੇ ਵੀ ਹੋਇਆ ਹੁਣ ਨੇੜੇ ਤੇੜੇ ਜੇ ਕਿਤੇ ਹਨਾ ਸੋ ਡਰ ਤਾਂ ਹਮੇਸ਼ਾ ਹੀ ਰਹਿੰਦਾ ਜੀ ਡਰ ਬੰਦੇ ਨੂੰ ਸਿਰਫ ਇਹ ਨਹੀਂ ਹੈ ਕਿ ਕੋਈ ਪੋਲੀਟੀਕਲ ਬੰਦਿਆਂ ਦਾ ਡਰ ਹੈ ਜਾਂ ਕਿਸੇ ਸਰਕਾਰੀ ਸਿਸਟਮ ਦਾ ਡਰ ਹੈ ਬਟ ਜਿਹੜੀਆਂ ਉਸ ਬੰਦੇ ਨੇ ਉਹਨਾਂ ਦੇ ਸਪੋਰਟ ਦੇ ਨਾਲ ਉਸ ਟਾਈਮ ਦੁਸ਼ਮਣੀਆਂ ਖੱਟੀਆਂ ਹੁੰਦੀਆਂ ਨੇ ਉਹਨਾਂ ਦਾ ਵੀ ਡਰ ਰਹਿੰਦਾ ਜਿਹੜਾ ਮੇਨ ਸਟ੍ਰੀਮ 'ਚ ਆ ਕੇ ਫਿਰ ਉਹ ਲਾਈਫ ਇੱਕ ਨੋਰਮਲ ਜ਼ਿੰਦਗੀ ਬਸਰ ਕਰਨੀ ਡਰ ਡਰ ਕੇ ਕਰਨੀ ਪੈਂਦੀ ਹੈ ਜਿਹੜਾ ਦੇਵ ਬਦਮਾਸ਼ੀ ਦੇ ਵਿੱਚ ਮਾਣ ਮਹਿਸੂਸ ਕਰਦਾ ਰਿਹਾ ਫਿਰ ਉਹ ਪੁਲਿਸ ਦੇ ਵਿੱਚ ਆ ਗਿਆ ਪੁਲਿਸ ਤੋਂ ਅਦਾਕਾਰੀ ਦੇ ਵਿੱਚ ਆ ਗਿਆ ਇਹ ਸਾਰਾ ਕੁਝ ਕਿਵੇਂ ਸਬੱਬ ਬਣ ਗਿਆ ਮੈਂ ਖੈਰ ਮੈਂ ਜ਼ਿਆਦਾ ਬਦਮਾਸ਼ ਤਾਂ ਹੀ ਬਣਿਆ ਮੈਂ ਮੈਨੂੰ ਤਾਂ ਐਂ ਕਹਿੰਦੇ ਸੀ ਵੀ ਚਲੋ ਚੱਲੀਏ ਤੁਰ ਪੈਂਦੇ ਸੀਗੇ ਉਹ ਤੁਰ ਪੈਂਦੇ ਵਿੱਚ ਹੀ ਖੜਕ ਜਾਂਦਾ ਹੁੰਦਾ ਸੀ ਕੰਮ ਹਨਾ ਸੋ ਇੱਕ ਘਰਦਿਆਂ ਦੀ ਸ਼ਿਕਸ਼ਾ ਹਮੇਸ਼ਾ ਇੱਦਾਂ ਦੀ ਹੁੰਦੀ ਸੀ ਫਾਦਰ ਸਾਹਿਬ ਸਿਰ 'ਤੇ ਨਹੀਂ ਸੀ
ਤਾਂ ਸ਼ਾਇਦ ਮੈਂ ਵੀ ਉਧਰਲੇ ਪਾਸੇ ਨਿਕਲ ਜਾਂਦਾ ਜਾਂ ਗਲਤ ਨਸ਼ੇ ਨੁਸ਼ੇ ਲੈਣੇ ਸ਼ੁਰੂ ਕਰ ਦਿੰਦਾ। ਫਿਰ ਫੋਕਸ ਰੱਖਿਆ ਸਿਰਫ ਗੇਮ ਤੇ ਅਦਾਕਾਰੀ ਵਾਲੇ ਪਾਸੇ। ਫਿਰ ਪੁਲਿਸ ਵੱਲ ਕਿਵੇਂ ਆ ਗਏ? ਪੁਲਿਸ ਵਾਲੇ ਗੇਮ ਚੰਗੀ ਸੀਗੀ ਜੀ, ਗੇਮ ਚੰਗੀ ਸੀ। ਟ੍ਰਾਇਲ ਹੋਏ ਤੇ GRP ਦਾ ਨਿਕਲਿਆ ਸੀਗਾ ਉਦੋਂ, ਤੇ ਉਹ ਕਹਿੰਦੇ ਵੀ ਤੁਸੀਂ ਅਸੀਂ ਉਹਨਾਂ ਨੇ ਮੇਰੀ ਗੇਮ ਦੇਖੀ ਵੀ ਤੁਸੀਂ ਆ ਜਾਓ GRP ਦੇ ਵਿੱਚ, ਰੇਲਵੇ ਪੁਲਿਸ 'ਚ। ਅਸੀਂ ਕਿਹਾ ਸਾਡਾ ਮੈਡੀਮੋਡੀਕਲ ਹੋ ਗਿਆ, ਸਾਰਾ ਕੁਛ ਹੋ ਗਿਆ। ਫਿਰ ਇੱਕ ਦਿਨ ਦੇਖਿਆ ਵੀ ਯਾਰ ਵਰਦੀ ਪਾ ਕੇ ਖੜ੍ਹੇ ਕਿਵੇਂ ਲੱਗਾਂਗੇ, ਹੈ ਨਾ ਵੀ ਨਹੀਂ ਯਾਰ ਵੀ ਜਾਣਦਾ ਯਾਰ ਫਿਲਮ ਲਾਈਨ 'ਚ ਹੈ। ਤਾਂ ਫਿਰ ਉਹ ਵੀ ਰਿਜ਼ਾਈਨ ਦੇ ਤਾ। ਫਿਰ ਪੰਜਾਬ ਪੁਲਿਸ 'ਚ ਮੇਰੇ ਮਾਸੜ ਜੀ ਸੀਗੇ, ਦੈਟ ਟਾਈਮ DSP ਸੀਗੇ, ਅਤੇ ਉਹਨਾਂ ਨੇ ਮੈਨੂੰ ਇੱਥੇ PAP ਜਲੰਧਰ ਲਿਆਂਦਾ, ਟ੍ਰਾਇਲ ਦਵਾਏ, ਅਤੇ ਉੱਥੇ ਵੀ ਮੇਰਾ ਸਹੀ ਹੋ ਗਿਆ ਸਾਰਾ ਕੁਛ। ਫਿਰ ਉੱਥੋਂ ਵੀ ਮੈਂ ਮਨ ਨਹੀਂ ਲੱਗਿਆ ਮੇਰਾ, ਮੈਂ ਘਰਦਿਆਂ ਨੂੰ ਦੱਸਿਆ ਨਹੀਂ ਹੈਗਾ ਜਦੋਂ ਮੈਂ ਸਾਰਾ ਕੁਛ ਛੱਡ ਛੁਡਾ ਕੇ ਆ ਗਿਆ। ਬਾਅਦ 'ਚੋਂ ਫਿਰ ਰਿਸ਼ਤੇਦਾਰਾਂ ਨੇ ਕਿਹਾ ਨਿਕੰਮਾ ਹੈ, ਫਲਾਣਾ ਹੈ, ਧਮਕਾ, ਕੱਖ ਨਹੀਂ ਬਣਨਾ, ਸਰਕਾਰੀ ਨੌਕਰੀ ਕਿੱਥੇ ਮਿਲਦੀ ਹੈ, ਛੱਡਿਆ ਹੈ, ਵੱਡਾ ਹੀਰੋ। ਵੱਡਾ ਹੀਰੋ ਵਾਲੇ ਤਾਂ ਬਾਅਦ 'ਚੋਂ ਬੜੇ ਹੋ ਪਏ, ਉਹ ਤਾਂ ਜਦੋਂ ਬਾਅਦ 'ਚੋਂ ਮੈਂ ਕਰਦਾ ਹੁੰਦਾ ਸੀ ਇਹ ਥੀਏਟਰ ਕਰਦਾ ਹੁੰਦਾ ਸੀ, ਕੀ ਕਰਨ ਲੱਗ ਗਿਆ, ਡਰਾਮੇ ਕਰਨ ਲੱਗ ਗਿਆ, ਕਿਉਂਕਿ ਜੱਟਾਂ ਦੇ ਮੁੰਡਿਆਂ ਨੂੰ ਜਾਂ ਪਿੰਡਾਂ ਦੇ ਵਿੱਚ ਮਾਹੌਲ ਤੁਹਾਨੂੰ ਕਿਵੇਂ ਦਾ ਹੁੰਦਾ, ਉਹਨਾਂ ਲਈ ਡਰਾਮੇ ਬਾਹਲੇ ਵਧੀਆ ਨਹੀਂ ਹੁੰਦੇ, ਜਾਂ ਥੀਏਟਰ ਕਰਨਾ ਉਹਨੂੰ ਸਮਝ ਨਹੀਂ, ਉਹਨੂੰ ਲੱਗਦਾ ਇਹ ਡਰਾਮੇ ਕਰਦਾ। ਅਤੇ ਕੋਈ ਇਸ ਗੱਲ ਨੂੰ ਸਮਝ ਕੇ ਰਾਜ਼ੀ ਨਹੀਂ ਵੀ ਜ਼ਿੰਦਗੀ ਹੈ ਹੀ ਇੱਕ ਡਰਾਮਾ। ਜ਼ਿੰਦਗੀ ਹੈ ਡਰਾਮਾ, ਇਹ 'ਚ ਕੋਈ ਸ਼ੱਕ ਨਹੀਂ ਹੈ ਜੀ। ਜ਼ਿੰਦਗੀ 'ਚ ਉਤਾਰ ਚੜ੍ਹਾਏ ਨੇ ਜਿਵੇਂ ਡਰਾਮੇ 'ਚ ਉਤਾਰ ਚੜ੍ਹਾਉਂਦੇ ਨੇ, ਸੇਮ ਤੁਹਾਡੀ ਲਾਈਫ 'ਚ ਨੇ। ਹੁਣ ਤਾਂ ਦੂਰ ਦੇ ਰਿਸ਼ਤੇਦਾਰ ਵੀ ਕਹਿੰਦੇ ਹੋਣਗੇ ਵੀ ਆਪਣਾ ਹੀ ਹੈ, ਕੋਈ ਗੱਲ ਨਹੀਂ। ਨਿੱਕੇ ਹੁੰਦੇ ਤੇ ਪਤਾ ਸੀਗਾ ਮੁੰਡਾ ਬੋਲੂ ਮੂਲ ਤੇ ਵਧੀਆ ਬਣੂਗਾ। ਇਹ ਹੈ ਕਿ ਕਿਰਪਾ ਜੀ ਬਾਬੇ ਦੀ ਔਲਾਦ ਰੱਖ ਲਈ ਵਾਹਿਗੁਰੂ ਨੇ। ਬਾਈ ਜੀ, ਵੈਸੇ ਬਹੁਤ ਸਾਰੇ ਅਸੀਂ ਕਲਾਕਾਰਾਂ ਨੂੰ ਵੀ ਸਵਾਲ ਕਰਦੇ ਵੀ ਚੰਗੀ ਭਲੀ ਸਰਕਾਰੀ ਨੌਕਰੀ, ਉਦੋਂ ਵੀ 25-30 ਹਜ਼ਾਰ ਰੁਪਏ ਤਨਖਾਹ ਹੋਊਗੀ, ਹੁਣ ਵੱਧ ਜਾਣੀ ਸੀ ਸ਼ਾਇਦ, ਦੇਵ ਸੱਚੀ ਮੁੱਚੀ DSP ਹੁੰਦਾ ਰੈਂਕ ਵੀ ਵੱਧ ਜਾਣਾ ਸੀ ਰਾਈਟ ਤੇ। ਪਰ ਉਦੋਂ ਰਿਸਕ ਤਾਂ ਨਹੀਂ ਲੱਗਿਆ ਵੀ ਭਾਈ ਯਾਰ ਇਹ ਪੱਕੀ ਤਨਖਾਹ ਆ ਰਹੀ ਹੈ, ਫਿਲਮਾਂ ਦੇ ਵਿੱਚ ਕੀ ਪਤਾ ਪੈਰ ਤਿਲਕੀ ਨਾ ਜਾਵੇ। ਭਾਈ ਜ਼ਿੰਦਗੀ ਤਾਂ ਹੈ ਹੀ ਰਿਸਕ, ਹਾਂ ਰਿਸਕ 'ਤੇ ਹੀ ਖੜ੍ਹਾ, ਬੰਦੇ ਨੂੰ ਪਾਲ ਦਾ ਭਰੋਸਾ ਨਹੀਂ ਹੈਗਾ, ਹੈ ਨਾ। ਅਤੇ ਕੀ ਬੰਦਾ ਬੈਠਾ ਬੈਠਾ ਕਿੱਥੇ ਚੱਲ ਜਾਵੇ, ਵੀਡੀਓਜ਼ ਦੇਖਦੇ ਹੀ ਆਪਾਂ, ਹੈ ਨਾ। ਸੋ ਜ਼ਿੰਦਗੀ ਹੈ ਹੀ ਰਿਸਕ 'ਤੇ ਖੜ੍ਹੀ ਹੈ, ਤਾਂ ਮੈਂ ਤਾਂ ਰਿਸਕ ਲਿਆ ਹੀ ਲਿਆ, ਨੋ ਡਾਊਟ। ਤਾਨੇ ਮੇਣੇ ਇਹ ਰਿਸਕ ਹੀ ਸੀ, ਇੱਕ ਵਾਰ ਤਾਂ ਲੱਗਣ ਲੱਗ ਗਿਆ ਸੀ ਕਿ ਯਾਰ ਕੁਛ ਨਹੀਂ ਬਣਨਾ। ਇੱਕ ਫਿਲਮ ਵੀ ਬਣਾਈ ਆਪ ਪ੍ਰੋਡਿਊਸ ਕੀਤੀ, ਘਰਦਿਆਂ ਦਾ ਪੈਸਾ ਚੱਕ ਕੇ ਗਵਾਤਾ, ਕਬੱਡੀ ਇੱਕ ਮੁਹੱਬਤ, ਤਾਂ ਉਹ ਤੋਂ ਬਾਅਦ ਫਿਰ ਜੋ ਆਰਥਿਕ ਮੁਹੱਬਤ ਮਿਲੀ ਕਿਸੇ ਦੀ ਨਹੀਂ ਮਿਲੀ, ਮੁਹੱਬਤ ਜਮਾ ਨਹੀਂ ਦਿੱਤੀ, ਕਿਉਂਕਿ ਮੈਂ ਨਵਾਂ ਸੀ ਨਵੇਂ ਬੰਦੇ ਨੂੰ ਇੰਡਸਟਰੀ ਦੇ ਵਿੱਚ। ਉਦੋਂ ਇਹ ਵੀ ਸੀਗਾ ਸਿੰਗਰਾਂ ਦਾ ਦੌਰ ਸੀਗਾ ਜੀ, ਉਦੋਂ ਐਕਟਰ ਨੂੰ ਖੈਰ ਕੋਈ ਪੁੱਛਦਾ ਨਹੀਂ ਸੀਗਾ, ਅਤੇ ਮੈਂ ਸੀਗਾ ਜਿਹਨੇ ਅਸੀਂ ਐਡੀ ਵੱਡੀ ਫਿਲਮ ਬਣਾਈ ਉਦੋਂ ਕਬੱਡੀ ਇੱਕ ਮੁਹੱਬਤ, ਉਹ ਵੀ ਵਿਸ਼ਾ ਮੇਰਾ ਸੀ। ਉਦੋਂ ਮੁੰਡੇ ਮਰ ਰਹੇ ਸੀ ਕਬੱਡੀ ਦੇ ਵਿੱਚ, ਆਹ ਡੋਜ਼ ਜਿਹੜੀਆਂ ਲੈ ਕੇ ਜਾਂ ਸਿੰਥੈਟਿਕ ਡਰੱਗ ਲੈ ਕੇ ਜਾਂ ਜਿਹੜੇ ਸਰੀਰ ਦੀ ਪਾਵਰ ਵਧਾਉਣ ਲਈ ਵਰਤਦੇ ਆ, ਤਾਂ ਉਹ ਵਿਸ਼ਾ ਮੈਨੂੰ ਲੱਗਿਆ ਕਿ ਇਸ ਵਿਸ਼ੇ 'ਤੇ ਯਾਰ ਗੱਲ ਕਰਨੀ ਚਾਹੀਦੀ ਹੈ। ਸੋ ਮੈਂ ਇੱਕ ਸੋਚੀ ਕਹਾਣੀ ਉਹਦੇ ਉੱਤੇ ਅਸੀਂ ਕਹਾਣੀ ਕੀਤੀ, ਸੋਹਣੀ ਕਹਾਣੀ ਸੀਗੀ, ਮੇਰੇ ਦਿਲ ਦੇ ਬੜੀ ਕਰੀਬ ਸੀ, ਬਟ ਪੈਸਾ ਡੁੱਬ ਗਿਆ, ਪੈਸਾ ਨਹੀਂ ਆਇਆ ਸੀ। ਕਲਾਕਾਰ ਬਹੁਤ ਵੱਡੇ ਸੀ, ਗੁੱਗੂ ਗਿੱਲ ਭਾਅ ਜੀ ਸੀ, ਦੀਪ ਢਿੱਲੋਂ ਜੀ ਸੀ, ਗੁਰਪ੍ਰੀਤ ਘੁੱਗੀ ਜੀ, ਅਸੀਂ ਕਿਸੇ ਚੀਜ਼ ਦੀ ਕਮੀ ਨਹੀਂ ਸੀ ਛੱਡੀ ਫਿਲਮ ਨੂੰ ਬਣਾਉਣ ਲਈ। ਅਤੇ ਫਿਰ ਉਸ ਤੋਂ ਬਾਅਦ ਆਰਥਿਕ ਮੰਦੀ ਦਾ ਦੌਰ ਆਇਆ ਇੱਕ, ਉਦੋਂ ਬੜੇ ਤਾਨੇ ਮਿਹਣੇ ਪਿੰਡਿਆਂ ਦੇ ਸਹੇ, ਰਿਸ਼ਤੇਦਾਰਾਂ ਦੇ ਬਹੁਤ ਸਹੇ। ਫਿਲਮ ਕਰਕੇ ਹੀ ਆਇਆ ਸੀ? ਹਾਂ, ਫਿਲਮ ਕਰਕੇ ਆਇਆ ਜੀ, ਕਿਉਂਕਿ ਘਰਦਿਆਂ ਦੇ ਲਿਕੁਇਡ ਮਨੀ ਸੀਗੀ ਜਿਹੜੀ ਚੱਕ ਕੇ ਸਾਰੀ ਫਿਲਮ 'ਚ ਲਾ ਤੀ ਮੈਂ, ਸੋ ਰਿਸਕ ਹੀ ਲੈਂਦਾ ਰਿਹਾ ਮੈਂ ਤਾਂ। ਅਤੇ ਉਹ ਤੋਂ ਬਾਅਦ ਫਿਰ ਇਹ ਕਰਦੇ, ਪਰ ਮੈਂ ਇੱਕ ਵਾਰ ਤਾਂ ਚਲਾ ਗਿਆ ਸੀ ਡਿਪਰੈਸ਼ਨ ਦੇ ਵਿੱਚ, ਫਿਰ ਮੇਰੇ ਬ੍ਰਦਰ ਨੇ ਮੈਨੂੰ ਹੌਸਲਾ ਦਿੱਤਾ, ਸਾਥ ਦਿੱਤਾ, ਫਿਰ ਥੋੜ੍ਹਾ ਜਿਹਾ ਬਾਬੇ ਦੀ ਬਾਣੀ ਨਾਲ ਜੁੜਿਆ, ਮਿਹਨਤ ਕੀਤੀ ਬਹੁਤ। ਫਿਰ ਸਾਡੇ ਮੇਰੇ ਨਾਲ ਇੱਕ ਫਿਲਮ ਕੀਤੀ ਸੀਗੀ ਜਿੰਦੜੀ ਪਰਮ ਢਿੱਲੋਂ ਜੀ ਨੇ, ਉਹਨਾਂ ਨੇ ਮੇਰਾ ਕੰਮ ਦੇਖਿਆ ਹੋਇਆ ਸੀ, ਉਹਨਾਂ ਨੇ ਫਿਰ ਮੈਨੂੰ ਗਾਂਧੀ ਲਈ ਰਿਕਮੈਂਡ ਕੀਤਾ, ਫਿਰ ਕਿਤੇ ਜਾ ਕੇ ਥੋੜ੍ਹਾ ਜਿਹਾ। ਪਹਿਲੀ ਫਿਲਮ ਕਿਹੜੀ ਸੀ? ਪਹਿਲੀ ਫਿਲਮ ਹਸ਼ਰ, ਹਸ਼ਰ, ਹਾਂਜੀ, ਬੱਬੂ ਮਾਨ ਦੇ, ਬੱਬੂ ਮਾਨ ਭਾਅ ਜੀ ਵਾਲੀ। ਕਿਹੋ ਜਿਹਾ ਅਨੁਭਵ ਸੀ ਅਤੇ ਕਿਵੇਂ ਉਹ ਮਿਲੀ ਸੀ? ਉਦੋਂ ਮੈਂ ਗਿਆ ਸੀਗਾ ਬੋਂਬੇ, ਅਤੇ ਮੈਨੂੰ ਰਾਣਾ ਬਾਈ ਜੀ ਨੇ ਕਿਹਾ ਕਿ ਮੰਡੀ ਦਾ ਬੋਂਬੇ ਹੈ, ਬੋਂਬੇ ਜਾ। ਉਦੋਂ ਅਸੀਂ ਜੁਗਨੂੰ ਕਰਦੇ ਹੁੰਦੇ ਸੀ, ਮੈਨੂੰ ਲੱਗਦਾ ਹੁੰਦਾ ਸੀ ਵੀ ਜੁਗਨੂੰ 'ਚ ਤਾਂ ਯਾਰ ਵੀ ਸਾਰੇ ਬੜੇ ਮਹਾਰਥੀ ਬੰਦੇ ਨੇ, ਬਿੰਨੂ ਢਿੱਲੋਂ ਬਾਈ, ਕਰਮਜੀਤ ਨੂੰ, ਅਨਮੋਲ ਬਾਈ, ਰਾਣਾ ਬਾਈ, ਭਗਵੰਤ ਬਾਈ, ਹੈ ਨਾ, ਇੱਕ ਤੋਂ ਇੱਕ ਦਿੱਗਜ, ਮੈਨੂੰ ਲੱਗਿਆ ਕਿ ਕੁਛ ਹੈ ਨਹੀਂ ਹੈ। ਉਦੋਂ ਫਿਲਮਾਂ 'ਚ ਚਾਂਸ ਨਹੀਂ ਸੀਗਾ, ਤਾਂ ਬੋਂਬੇ ਚੱਲਦੇ ਹਾਂ, ਹਿੰਦੀ ਸੀਰੀਅਲ ਮਿਲੂਗਾ ਕੋਈ ਨਾ ਕੋਈ। ਅਤੇ ਉੱਥੇ ਜਾ ਕੇ ਫਿਰ ਮੈਨੂੰ ਮੈਂ ਮਿਲਿਆ ਸੀਗਾ ਗੌਰਵ ਤ੍ਰਿਹਣ ਜੀ ਨੂੰ, ਮੀਟਿੰਗ ਹੋਈ ਉਹਨਾਂ ਨਾਲ, ਤਾਂ ਉਹਨਾਂ ਨੇ ਮੈਨੂੰ, ਮੇਰੇ ਵਾਲ ਵੂਲ ਲੰਬੇ ਸੀ, ਠੀਕ ਲੱਗਦਾ ਸੀਗਾ, ਉੱਥੋਂ ਉਹਨਾਂ ਨੇ ਮੈਨੂੰ ਫਿਰ ਉਸ ਰੋਲ ਦਿੱਤਾ ਜੀ ਹਸ਼ਰ ਵਾਲਾ। ਕੀ ਅਨੁਭਵ ਕੀ ਰਿਹਾ? ਥੋੜਾ ਜਿਹਾ ਕਾਂਬਾ ਜਿਹਾ ਨਹੀਂ ਛਿੜਿਆ? ਅਨੁਭਵ ਐਕਸ਼ਨ ਜਦੋਂ ਕਿਹਾ ਨਹੀਂ, ਇਹ ਸੀਗਾ ਦੇਖੋ ਕੈਮਰਾ ਔਰ ਫਿਲਮ ਮਿਲ ਰਹੀ ਹੈ ਜਿਹਦੇ ਲਈ ਤੁਸੀਂ ਤਰਸਦੇ ਰਹੇ ਹੋ, ਪੰਜਾਬੀ ਸਿਨੇਮੇ 'ਚ ਫਿਲਮ ਮਿਲਣੀ, ਔਰ ਬੱਬੂ ਮਾਨ ਬਾਈ ਦਾ ਬਹੁਤ ਵੱਡਾ ਨਾਮ ਹੈ, ਬਹੁਤ ਵੱਡਾ, ਬਹੁਤ ਵੱਡਾ ਨਾਮ। ਅਤੇ ਮੈਨੂੰ ਲੱਗਿਆ ਯਾਰ ਵੀ ਯਾਰ ਫਿਲਮ ਮਿਲ ਰਹੀ ਹੈ, ਬੱਬੂ ਮਾਨ ਬਾਈ ਹੈਗੇ ਨੇ, ਰੋਲ ਵੀ ਚੰਗਾ, ਲੋਕਾਂ ਦੇ ਨੋਟਿਸ 'ਚ ਆ ਜਾਈਏ ਥੋੜ੍ਹਾ ਬਹੁਤ। ਪਰ ਜਦੋਂ ਮੈਂ ਫਿਲਮ ਦੇਖਣ ਗਿਆ, ਰਸ਼ ਬਹੁਤ ਪੂਰਾ ਭਰਿਆ ਹੋਇਆ, ਰਸ਼ ਉੱਥੇ ਪੂਰਾ ਬਹੁਤ ਚੱਲੀ ਸੀ ਫਿਲਮ ਉਹ, ਅਤੇ ਮੈਂ ਜਦੋਂ ਗਿਆ ਤਾਂ ਮੇਰੇ ਜਦੋਂ ਉੱਥੇ ਗਲ ਗੁਲ ਤੋਂ ਫੜਿਆ, ਮੈਨੂੰ ਸੀਟੀਆਂ ਵੱਜਣ, ਤਾੜੀ, ਜਦੋਂ ਮੈਂ ਭੱਜਿਆ
ਕੀ ਕਲੱਬ ਨਾਂ ਦੀ ਫਿਲਮ ਕੀ ਕਲੱਬ ਕਰਕੇ ਫਿਲਮ ਹੈ ਕੀ ਕਲੱਬ ਹਾਂਜੀ ਉਹ ਫਿਲਮ ਪਈ ਹੈ ਐਮਾਜ਼ੋਨ 'ਤੇ ਪਈ ਹੈ ਸ਼ਾਇਦ ਉਹ ਜ਼ਿਆਦਾ ਵੱਡੀ ਰਿਲੀਜ਼ ਨਹੀਂ ਹੋ ਸਕੀ ਉੱਧਰੇ ਨੇੜੇ ਤੇੜੇ ਰਿਲੀਜ਼ ਹੋਈ ਫਿਰ ਇੱਕ ਸੀਰੀਅਲ ਦਾ ਆਡੀਸ਼ਨ ਦਿੱਤਾ ਫਿਰ ਮੈਂ ਪੰਜਾਬ ਆ ਗਿਆ ਬੰਬੇ ਮੈਨੂੰ ਅੱਛਾ ਰਾਸ ਵੀ ਨਹੀਂ ਆਇਆ ਕਿਉਂਕਿ ਮੈਂ ਪਿੰਡ ਦਾ ਰਹਿਣ ਵਾਲਾ ਬੰਦਾ ਉੱਥੇ ਉਹ ਆਟੋਆਂ ਦੀਆਂ ਆਵਾਜ਼ਾਂ 24 ਘੰਟੇ ਕੰਨਾਂ 'ਚ ਪਈ ਜਾਇਆ ਕਰਨ ਹਾਂ ਉਹੀ ਜੀ ਅਤੇ ਮੈਂ ਕਿਹਾ ਯਾਰ ਵੀ ਵਾਪਸ ਚੱਲਦੇ ਹਾਂ ਪਿੰਡ ਇੱਥੇ ਆ ਤਾਂ ਉਹਨਾਂ ਦੀ ਕਾਲ ਆ ਗਈ ਸੀਰੀਅਲ ਵਾਲਿਆਂ ਦੀ ਕਿ ਅਸੀਂ ਤੁਹਾਨੂੰ ਸ਼ਾਰਟ ਲਿਸਟ ਕੀਤਾ ਅਤੇ ਤੁਸੀਂ ਆ ਜਾਓ ਮੈਂ ਕਿਹਾ ਨਹੀਂ ਜੀ ਹੁਣ ਨਹੀਂ ਵਾਪਸ ਆਉਂਦਾ ਹੁਣ ਤਾਂ ਮੈਂ ਕਿਹਾ ਆਪਣਾ ਹੀ ਕੁਛ ਕਰਦੇ ਹਾਂ ਬਸ ਫਿਰ ਸਟੋਰੀ ਜੀ ਮਨ 'ਚ ਬਹਿ ਗਈ ਬਸ ਚੱਲ ਫਿਰ ਫਿਲਮ ਬਣਾਉਂਦੇ ਹਾਂ ਚੱਲ ਪਿਆ ਜੀ ਕਹਿਣ ਦਾ ਬੱਬੂ ਮਾਨ ਨੇ ਤੁਹਾਡੇ ਇਸ ਪੰਜਾਬੀ ਫਿਲਮ ਜਗਤ ਦੇ ਵਿੱਚ ਪੈਰ ਪੱਕੇ ਕਰਵਾ ਦਿੱਤੇ ਹਾਂਜੀ ਆਪਾਂ ਕਹਿ ਸਕਦੇ ਹਾਂ ਜੀ ਕਿ ਉਹ ਫਿਲਮ ਦੀ ਸ਼ੁਰੂਆਤ ਹੈ ਬਟ ਪੈਰ ਪੱਕੇ ਦਾ ਮੈਂ ਕਹੂੰਗਾ ਜੀ ਮੈਂ ਗਾਂਧੀ ਫਿਲਮ ਨੇ ਕਰਾਏ ਮੇਰੇ ਬਿਲਕੁਲ ਜੀ ਆਪਾਂ ਨਿੱਕਾ ਜਿਹਾ ਵਕਫਾ ਲੈਂਦੇ ਹਾਂ ਅਤੇ ਫਿਰ ਕਰਦੇ ਅਗਲੀ ਗੱਲ ਪ੍ਰਾਈਮੇਸ਼ਾ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਚੱਜ ਦਾ ਵਿਚਾਰ ਵੇਖ ਰਹੇ ਹੋ ਤੁਸੀਂ ਮੈਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟਹਿਣਾ ਤੇ ਸਾਡੇ ਦੋਵਾਂ ਦੇ ਨਾਲ ਮੌਜੂਦ ਨੇ ਦੇਵ ਖਰੋਜ ਜੀ ਸੋ ਹੁਣ ਗੱਲਾਂ ਬਾਤਾਂ ਅੱਗੇ ਵਧਾਈਏ ਬਾਈ ਜੀ ਅੱਜ ਕੱਲ੍ਹ ਚੌਕਲੇਟੀ ਚਿਹਰੇ ਵੀ ਚੱਲਦੇ ਆ ਮਸ਼ਹੂਰ ਕਲਾਕਾਰ ਫਿਲਮੀ ਖੇਤਰ ਦੇ ਵਿੱਚ ਛੇਤੀ ਸਥਾਪਿਤ ਹੁੰਦੇ ਆ ਬਹੁਤ ਸਾਰੇ ਕਲਾਕਾਰ ਆਏ ਆ ਪਰ ਉਹਨਾਂ ਦੇ ਵਿੱਚੋਂ ਕਈ ਤਾਂ ਬਹੁਤ ਵੱਡੇ ਸਥਾਪਿਤ ਹੋ ਗਏ ਆ ਜਦੋਂ ਕੋਈ ਬੰਦਾ ਇਹੋ ਜਿਹੀ ਕਲਾ ਖੇਤਰ ਦੇ ਨਾਲ ਪਿਛੋਕੜ ਵਾਲਾ ਨਾ ਹੋਵੇ ਉਹਦੇ ਲਈ ਚੁਣੌਤੀਆਂ ਆਮ ਨਾਲੋਂ ਦੁੱਗਣੀਆਂ ਚੌਗਣੀਆਂ ਹੋਣਗੀਆਂ ਪਰ ਜਦੋਂ ਇਹ ਗੱਲ ਕਹੀ ਜਾਂਦੀ ਕਿ ਫਲਾਣੇ ਦੀ ਫਿਲਮ ਆ ਜਿਹੜੀ ਉਹ ਬੜੀ ਮਹਿੰਗੀ ਆ ਫਲਾਣੇ ਦੀ ਫਿਲਮ ਬੜੀ ਮਹਿੰਗੀ ਆ ਫਲਾਣੇ ਦੀ ਫਿਲਮ ਬੜੀ ਵੱਡੀ ਆ ਦੇਵ ਖਰੋੜ ਦਾ ਪ੍ਰਭਾਵ ਉਹ ਨਹੀਂ ਸਿਰਜਿਆ ਗਿਆ ਇਹ ਸ਼ਾਇਦ ਗੱਲ ਕੌੜੀ ਲੱਗੇ ਨਹੀਂ ਨਹੀਂ ਕਿਉਂਕਿ ਇਹ ਗੱਲ ਵੀ ਦੇਵ ਖਰੋੜ ਦੀ ਫਿਲਮ ਇਸ ਵਿਸ਼ੇ ਤੇ ਆਧਾਰਿਤ ਹੋਊਗੀ ਇੰਨੇ ਕੁ ਬਜਟ ਵਾਲੀ ਹੋਊਗੀ ਉਹ ਖੁੱਲੇ ਬਜਟ ਵਾਲੀ ਨਹੀਂ ਹੋਊਗੀ ਕਦੇ ਨਾ ਕਦੇ ਇਹੋ ਜਿਹੀ ਤੁਹਾਨੂੰ ਲੱਗਦਾ ਵੀ ਮਨ ਦੇ ਵਿੱਚ ਵੀ ਪ੍ਰਭਾਵ ਇਹੋ ਜਿਹਾ ਬਣਿਆ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਦੇਖੋ ਇੰਡਸਟਰੀ 'ਚ ਹਮੇਸ਼ਾ ਜਦੋਂ ਤੁਸੀਂ ਬਾਹਰੋਂ ਆਉਂਦੇ ਹੋ ਨਾ ਔਰ ਖਾਸ ਕਰ ਤੁਸੀਂ ਮੇਰੇ ਖਿਆਲ 'ਚ ਸਿੰਗਿੰਗ ਲਾਈਨ ਤੋਂ ਨਹੀਂ ਹੈਗੇ ਜਾਂ ਉਦੋਂ ਤੱਕ ਤੁਹਾਨੂੰ ਵੱਡਾ ਨਹੀਂ ਸਮਝਿਆ ਜਾਂਦਾ ਜਦੋਂ ਤੱਕ ਤੁਹਾਡੇ ਪਿੱਛੇ ਤੁਹਾਡੇ ਇੰਸਟਾ ਦੇ ਉੱਤੇ ਬਹੁਤ ਸਾਰੇ ਫੋਲੋਅਰਸ ਨਾ ਹੋਣ ਤਾਂ ਜਦੋਂ ਮੈਂ ਗਾਂਧੀ ਫਿਲਮ ਅਸੀਂ ਚਲਾਈ ਸੀ ਸਾਨੂੰ ਕੋਈ ਨਹੀਂ ਸੀ ਜਾਣਦਾ ਚਲੋ ਉਹਦੇ ਪਿੱਛੇ ਮੈਂ ਮੰਨਦਾ ਕਿ ਉਹ 'ਚ ਰੁਪਿੰਦਰ ਗਾਂਧੀ ਦੀ ਇੱਕ ਆਪਣੀ ਫੈਨ ਫੋਲੋਇੰਗ ਸੀਗੀ ਉਸ ਤੋਂ ਬਾਅਦ ਜਦੋਂ ਡਾਕੂਆਂ ਦਾ ਮੁੰਡਾ ਆਈ ਉਦੋਂ ਵੀ ਸਾਨੂੰ ਅੰਡਰ ਰੇਟਡ ਹੀ ਕੀਤਾ ਗਿਆ ਕਿਉਂਕਿ ਅਸੀਂ ਇੱਕ ਇਹੋ ਜਿਹਾ ਵਿਸ਼ਾ ਲੈ ਕੇ ਆਏ ਜਿਹੜਾ ਵਿਸ਼ਾ ਪੰਜਾਬੀ 'ਚ ਕੋਈ ਸੋਚ ਵੀ ਨਹੀਂ ਸਕਦਾ ਕਿ ਇਹ ਫਿਲਮ ਚੱਲੂਗੀ ਤਾਂ ਉਦੋਂ ਇਹ ਕਹਿੰਦੇ ਹੁੰਦੇ ਸੀ ਕਿ ਦੇਵ ਦੀ ਫਿਲਮ ਤਾਂ ਜੀ ਦੇਵ ਜੇ ਦੋ ਫਿਲਮਾਂ ਜਾਂ ਗਾਂਧੀ 2 ਚੱਲ ਗਈ ਐਡੀ ਓਪਨਿੰਗ ਲੱਗ ਗਈ ਤਾਂ ਉਹਦੇ ਪਿੱਛੇ ਰੁਪਿੰਦਰ ਗਾਂਧੀ ਦਾ ਹੱਥ ਹੈ ਪਰ ਡਾਕੂਆਂ ਦੇ ਮੁੰਡੇ ਲਈ ਲੋਕ ਕਹਿੰਦੇ ਸੀ ਇਹਨੂੰ ਤਾਂ ਜੀ 5 ਲੱਖ ਦੀ 10 ਲੱਖ ਦੀ ਓਪਨਿੰਗ ਲੱਗੂ ਇਹ ਤੋਂ ਵੱਧ ਨਹੀਂ ਚੱਲਦੀ ਅਤੇ ਇੱਕ ਵਿਸ਼ਾ ਵੀ ਇੱਦਾਂ ਦਾ ਸੀ ਨਸ਼ਿਆਂ ਦੇ ਉੱਤੇ ਵੀ ਕੀ ਹੋਊਗਾ ਇਹ ਪਰ ਜਦੋਂ ਫਿਲਮ ਪਹਿਲੇ ਦਿਨ ਖੁੱਲ੍ਹੀ ਉਹਨੇ ਪੂਰੀ ਇੰਡਸਟਰੀ ਦੀਆਂ ਅੱਖਾਂ ਖੋਲਦੀਆਂ ਸੀਗੀਆਂ ਉਹ 1.65 ਕਰੋੜ ਦੀ ਫਸਟ ਡੇ ਓਪਨਿੰਗ ਸੀਗੀ ਉਹਦੀ ਔਰ ਮੰਡੇ ਲੋਕਾਂ ਨੂੰ ਨਹੀਂ ਲੱਗਦਾ ਮੰਡੇ ਵੀ ਉਹਦਾ 94-95 ਲੱਖ ਦਾ ਲੱਗਿਆ ਸੀ ਔਰ ਉਹ ਫਿਲਮ ਨੇ ਕਮਾਲ ਧੁੰਮਾਂ ਪੱਟਤੀਆਂ ਅਤੇ ਫਿਰ ਅੱਜ ਵੀ ਮੈਨੂੰ ਤਾਂ ਅੰਡਰ ਰੇਟਡ ਸਮਝਿਆ ਜਾਂਦਾ ਅੱਜ ਵੀ ਇਹ ਕਿਹਾ ਜਾਂਦਾ ਕਿ ਦੇਵ ਖਰੋੜ ਦੀਆਂ ਫਿਲਮਾਂ ਦਾ ਬਿਜ਼ਨਸ ਨਹੀਂ ਹੈ ਮੈਂ ਹੁਣ ਦੱਸਦਾ ਤੁਹਾਨੂੰ ਪਿੱਛੇ ਜੇ ਇੱਕ ਕਹਾਣੀ ਇਹਦੇ ਪਿੱਛੇ ਮੇਰੀ ਫਿਲਮ ਕਾਕਾ ਜੀ ਆਊਟ ਆਫ ਜੋਨਰ ਆਇਆ ਜੀ ਮੈਂ ਕੋਮੇਡੀ ਦੇ ਵਿੱਚ ਸਾਡੇ ਪ੍ਰੋਡਿਊਸਰਸ ਨੇ ਕਿਹਾ ਕਿ ਆਪਾਂ ਇਹ ਫਿਲਮ ਕਰਦੇ ਹਾਂ ਕੋਮੇਡੀ ਦੇ ਵਿੱਚ ਦੇਵ ਆਪਾਂ ਕੁਛ ਨਵਾਂ ਕਰੀਏ ਤਾਂ ਹੁਣ ਉਹ ਫਿਲਮ ਸਾਡੀ ਜਨਵਰੀ 'ਚ ਰਿਲੀਜ਼ ਹੋਈ ਜਨਵਰੀ 'ਚ ਅੱਜ ਤੱਕ ਹਰ ਬੰਦਾ ਫਿਲਮ ਰਿਲੀਜ਼ ਕਰਨ ਤੋਂ ਡਰਦਾ ਕਿਉਂਕਿ ਦਿਨ ਛੋਟੇ ਹੁੰਦੇ ਆ ਜੀ ਸਵੇਰੇ ਵੀ ਧੁੰਦ ਹੁੰਦੀ ਹੈ ਸ਼ਾਮ ਨੂੰ ਧੁੰਦ ਜਲਦੀ ਪੈਂਦੀ ਹੈ ਕੋਈ ਰਿਸਕ ਨਹੀਂ ਲੈਂਦਾ ਵੀ ਰਾਤ ਨੂੰ ਫਿਲਮ ਦੇਖਣ ਜਾਵਾਂਗੇ ਧੁੰਦ ਨਾ ਪੈਂਦੀ ਹੋਵੇ ਹੈ ਨਾ ਪਰਿਵਾਰਾਂ ਸਮੇਤ ਘਰ ਆਉਣਾ ਵਿਆਹ ਸ਼ਾਦੀਆਂ ਦਾ ਸੀਜ਼ਨ ਹੁੰਦਾ ਉਹਨਾਂ ਟਾਈਮਾਂ 'ਚ ਮੇਰੀ ਫਿਲਮ ਕਾਕਾ ਜੀ ਦਾ 60 ਲੱਖ ਦਾ 50-60 ਲੱਖ ਦੇ ਵਿੱਚ ਦੀ ਓਪਨਿੰਗ ਲੱਗੀ ਹੋਈ ਮੇਰੀ ਫਿਲਮ ਨੂੰ ਅੱਜ ਤੱਕ ਕਿਸੇ ਪੰਜਾਬੀ ਫਿਲਮ ਦੀ ਨਹੀਂ ਲੱਗੀ ਜਿੰਨੀਆਂ ਰਿਲੀਜ਼ ਹੋਈਆਂ ਨੇ ਉਸ ਤੋਂ ਬਾਅਦ ਹੁਣ ਪਤਾ ਲੱਗਿਆ ਕਿ ਇਹ ਦੱਸਿਆ ਗਿਆ ਇੰਡਸਟਰੀ ਦੇ ਲੋਕਾਂ ਨੂੰ ਜੋ ਕਿ ਮੇਰੇ ਕੋਲ ਪ੍ਰੋਡਿਊਸਰ ਆਉਂਦਾ ਜੀ ਉਹਦੀ ਤਾਂ 17 ਲੱਖ ਦੀ ਓਪਨਿੰਗ ਸੀਗੀ ਸੋ ਮੇਰੇ ਜਿਹੜੇ ਕਲੈਕਸ਼ਨ ਦੇ ਅੰਕੜੇ ਨੇ ਉਹ ਵੀ ਲੁਕਾਏ ਜਾਂਦੇ ਨੇ ਉਹ ਵੀ ਗਲਤ ਦੱਸੇ ਜਾਂਦੇ ਨੇ ਸਾਜਿਸ਼ਾਂ ਇਹ ਹੈਗੀਆਂ ਨੇ ਕਿ ਇਹ ਬੰਦੇ ਜਾਂ ਤਾਂ ਫਲਾਣੇ ਪ੍ਰੋਡਕਸ਼ਨ ਹਾਊਸ ਨਾਲ ਕੰਮ ਕਰ ਰਹੇ ਨੇ ਜਾਂ ਫਲਾਣੇ ਅਸੀਂ ਚਮਚੀਆਂ ਮਾਰਨਾ ਸਾਨੂੰ ਨਹੀਂ ਆਉਂਦਾ ਜਿਵੇਂ ਲੋਕ ਜਿਹੜੇ ਪੰਜਾਬੀ ਦੇ ਆਪਣੇ ਆਪ ਨੂੰ ਬਹੁਤ ਕਹਿੰਦੇ ਕਹਾਉਂਦੇ ਨੇ ਉਹਨਾਂ ਦੀਆਂ ਚਮਚੀਆਂ ਮਾਰਦੇ ਉਹ ਹੈ ਨਹੀਂ ਸਾਡੇ 'ਚ ਉਹ ਵਾਲਾ ਕੰਮ ਜੀ ਅਸੀਂ ਆਪਣੇ ਟੈਲੈਂਟ ਦੇ ਸਾਰੇ ਕੰਮ ਕਰਦੇ ਜਾਵਾਂਗੇ ਔਰ ਦੂਜੀ ਗੱਲ ਇਹ ਹੈ ਮੈਂ ਅੱਜ ਤੱਕ ਕਿਸੇ ਆਪਣੇ ਆਪ ਨੂੰ ਕਿਸੇ ਕਲਾਸ 'ਚ ਨਹੀਂ ਰੱਖਿਆ ਨਾ ਮੈਂ ਆਪਣੇ ਆਪ ਨੂੰ ਸਟਾਰ ਸਮਝਦਾ ਮੈਂ ਆਪਣੇ ਆਪ ਨੂੰ ਐਕਟਰ ਸਮਝਦਾ ਕਿਉਂਕਿ ਸਟਾਰ ਨੇ ਇੱਕ ਦਿਨ ਖਤਮ ਹੋਣਾ ਹੁੰਦਾ ਐਕਟਰ ਚੱਲਦਾ ਰਹਿੰਦਾ ਸੋ ਮੈਂ ਐਜ਼ ਐਨ ਐਕਟਰ ਹੀ ਸਰਵਾਈਵ ਕਰਨਾ ਔਰ ਚੰਗਾ ਸਿਨੇਮਾ ਲੋਕਾਂ ਨੂੰ ਦਿੰਦਾ ਰਹੂੰਗਾ ਮੇਰੀ ਫਿਲਮ ਵੱਡੀ ਕਿਉਂ ਨਹੀਂ ਇੱਕ ਤਾਂ ਮੈਂ ਵੱਡੀ ਹੀਰੋਇਨ ਨਹੀਂ ਮੇਰੇ ਓਪੋਜ਼ਿਟ ਆਉਂਦੀ ਮੈਂ ਲੈਂਦਾ ਹੀ ਨਹੀਂ ਅੱਛਾ ਆਪਾਂ ਕਹਿੰਦੇ ਨਹੀਂ ਕਿ ਫਲਾਣੀ ਹੀਰੋਇਨ ਲੈ ਕੇ ਆਓ ਜੇ ਮੈਂ ਕਹਾਂ ਕਿਸੇ ਬਜਟ ਦੇ ਕਰਕੇ ਜਾਂ ਸੁਭਾਅ ਦੇ ਵਿੱਚ ਨਹੀਂ ਮੈਂ ਪ੍ਰੋਡਿਊਸਰ ਨੂੰ ਜੇ ਮੈਂ ਕਹਾਂ ਕਿ ਫਲਾਣੀ ਹੀਰੋਇਨ ਮੇਰੇ ਓਪੋਜ਼ਿਟ ਲੈਣਗੇ ਕਿਉਂ ਨਹੀਂ ਲੈਣਗੇ ਜੀ ਹੈ ਨਾ ਪਰ ਮੈਨੂੰ ਲੱਗਦਾ ਕਿ ਨਵੇਂ ਟੈਲੈਂਟ ਨੂੰ ਚਾਂਸ ਮਿਲਣਾ ਚਾਹੀਦਾ ਠੀਕ ਹੈ ਜੇ ਅੱਜ ਦੇਵ ਖਰੋੜ ਕਰਕੇ ਫਿਲਮ ਚੱਲਦੀ ਹੈ ਤਾਂ ਫਿਰ ਦੇਵ ਖਰੋੜ ਹੀ ਚਲਾਊਗਾ ਕੋਈ ਵੱਡੀ ਸਟਾਰ ਕਾਸਟ ਨਹੀਂ ਹੁੰਦੀ ਮੇਰੇ ਆਲੇ ਦੁਆਲੇ ਜਾਂ ਕਹਦੋ ਜਿਹੜੇ ਪੰਜਾਬੀ ਦੇ 5-10 ਥੰਮ ਨੇ ਵੱਡੇ ਮੈਂ ਉਹਨਾਂ ਨਾਲ ਲੈ ਕੇ ਫਿਲਮਾਂ ਕਰਦਾ ਮੇਰੀ ਫਿਲਮ ਦੇ ਵਿੱਚ ਹਮੇਸ਼ਾ ਨਵੇਂ ਚਿਹਰੇ ਹੁੰਦੇ ਨੇ ਫਿਰ ਵੀ ਸਾਡੀ
ਉਹ ਮੰਨਦੇ ਆ ਜੀ ਇਸ ਚੀਜ਼ ਨੂੰ ਇੰਡਸਟਰੀ ਨਾ ਮੰਨੇ ਮੈਂ ਲੋਕ ਇੰਡਸਟਰੀ ਲਈ ਫਿਲਮਾਂ ਨਹੀਂ ਬਣਾਉਂਦਾ ਮੈਂ ਲੋਕਾਂ ਲਈ ਫਿਲਮਾਂ ਬਣਾਉਂਦਾ ਬਿਲਕੁਲ ਸਹੀ ਗੱਲ ਮੇਰੇ ਚਾਹਣ ਵਾਲਿਆਂ ਲਈ ਫਿਲਮਾਂ ਬਣਾਉਂਦਾ ਜੀ ਪਰ ਤੁਹਾਡੀਆਂ ਗੱਲਾਂ ਤੋਂ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਇੰਡਸਟਰੀ ਦੇ ਵਿੱਚ ਜੇਕਰ ਤੁਹਾਡਾ ਕੋਈ ਗੋਡ ਫਾਦਰ ਨਹੀਂ ਹੈ ਤਾਂ ਫਿਰ ਪੈਰ ਟਿਕਾਉਣੇ ਥੋੜ੍ਹੇ ਜਿਹੇ ਤਾਂ ਔਖੇ ਨੇ ਤੁਹਾਨੂੰ ਟਿਕਟ ਨਹੀਂ ਦਿੱਤਾ ਜਾਂਦਾ ਥੋੜ੍ਹੇ ਨਹੀਂ ਬਹੁਤ ਔਖੇ ਹੈ ਜੀ ਇਸ ਇੰਡਸਟਰੀ ਦੇ ਵਿੱਚ ਚਾਫਲੂਸੀਆਂ ਜਿਹੜਾ ਕਰਦਾ ਉਹ ਬੰਦਾ ਕਿਤੇ ਨਾ ਕਿਤੇ ਨਿਕਲ ਜਾਂਦਾ ਜਿਹੜੇ ਬੰਦੇ ਨੂੰ ਹਾਂ ਜਿਹੜੇ ਬੰਦੇ ਨੂੰ ਚਾਫਲੂਸੀ ਨਹੀਂ ਕਰਨੀ ਆਉਂਦੀ ਉਹਦੇ ਲਈ ਬਹੁਤ ਔਖਾ ਹੈ ਜੇ ਕਹੂਗਾ ਮੈਂ ਟੈਲੈਂਟ ਦੇ ਦਮ 'ਤੇ ਸਰਵਾਈਵ ਕਰੂੰਗਾ ਸੋ ਬਹੁਤ ਟੈਲੈਂਟਡ ਮੁੰਡੇ ਹੁਣ ਹੌਲੀ ਹੌਲੀ ਅੱਗੇ ਆ ਰਹੇ ਨੇ ਸੋ ਮੈਨੂੰ ਲੱਗਦਾ ਕਿ ਇੰਡਸਟਰੀ ਹੁਣ ਚੇਂਜ ਹੋਣ ਵਾਲੀ ਹੈ ਵਿਸ਼ਿਆਂ ਦੀਆਂ ਫਿਲਮਾਂ ਬਣਨਗੀਆਂ ਜੀ ਤਾਂ ਜਿਵੇਂ ਪਿੱਛੇ ਐਗਜ਼ਾਮਪਲ ਦਿੰਦਾ ਮੈਂ ਤੁਣਕਾ ਤੁਣਕਾ ਫਿਲਮ ਦੀ ਹਨਾ ਚਾਹੇ ਬੇਸ਼ੱਕ ਸਿੰਗਰ ਬੈਕਗਰਾਉਂਡ ਤੋਂ ਮੁੰਡਾ ਪਰ ਉਹਨੇ ਮਿਹਨਤ ਕੀਤੀ ਕਰਕੇ ਦਿਖਾਇਆ ਹਨਾ ਸੋ ਜਦੋਂ ਤੁਸੀਂ ਮਿਹਨਤ ਕਰੋਗੇ ਚੰਗੇ ਸਬਜੈਕਟ ਲੈ ਕੇ ਆਓਗੇ ਤਾਂ ਲੋਕ ਉਹਨਾਂ ਨੂੰ ਪਸੰਦ ਕਰਨਗੇ ਜੀ ਬਾਈ ਜੀ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੀ ਫਿਲਮ ਦੀ ਓਪਨਿੰਗ ਸ਼ੁਰੂਆਤ ਆ ਜਿਹੜੀ ਪਹਿਲੇ ਲੜਦੀ ਉਹ ਕਰੋੜ ਰੁਪਈਏ ਤੋਂ ਉੱਤੇ ਦੀ ਸੀਗੀ ਉਹਦੇ ਨਾਲ ਦੇਵ ਖਰੋੜ ਦਾ ਵੀ ਭਾਅ ਵਧਿਆ ਫਿਲਮਾਂ ਦੇ ਲਈ ਹਾਂ ਵਧੀਆ ਬਿਲਕੁਲ ਵਧੀਆ ਜੀ ਬਹੁਤ ਚੰਗੀ ਗੱਲ ਮੈਨੂੰ ਤਾਂ ਇਹ ਗੱਲ ਦੀ ਉਡੀਕ ਸੀ ਥੈਂਕ ਯੂ ਸੋ ਭਾਅ ਵਧੀਆ ਜੀ ਦਿਨ ਚੰਗੇ ਆਏ ਪਰਿਵਾਰ ਖੁਸ਼ ਹੈ ਬਾਬੇ ਨੇ ਕਿਰਪਾ ਕੀਤੀ ਹੈ ਮਹਾਰਾਜ ਨੇ ਹਨਾ ਸੋ ਹੁਣ ਮੈਂ ਆਪਣੇ ਵਿਸ਼ੇ ਕਹਿਣ ਜੋਗਾ ਹੋ ਗਿਆ ਮੇਰੀ ਗੱਲ ਸੁਣਦੇ ਆ ਮੇਰੇ ਪ੍ਰੋਡਿਊਸਰ ਮੇਰੇ ਡਾਇਰੈਕਟਰ ਤਾਂ ਹੁਣ ਜਿੰਨਾ ਮੇਰੇ ਕੋਲ ਸਿਨੇਮਾ ਉਹ ਬਹੁਤ ਚੰਗਾ ਸਿਨੇਮਾ ਮੇਰੇ ਕੋਲ ਸ਼ਰੀਕ 2 ਹੈ ਬਹੁਤ ਵਧੀਆ ਫਿਲਮ ਹੈ ਮੇਰੀ ਨਜ਼ਰ 'ਚ ਤਾਂ ਬਹੁਤ ਵਧੀਆ ਹੁਣ ਬਾਕੀ ਲੋਕਾਂ ਨੇ ਡਿਸਾਈਡ ਕਰਨਾ ਡਾਕੂਆਂ ਦਾ ਮੁੰਡਾ 2 ਹੈ ਉਹ ਸ਼ਰਾਰਤੀ ਤੱਤ ਦੇ ਉੱਤੇ ਫਿਰ ਕਿਸੇ ਦੀ ਆਟੋਬਾਇਓਗ੍ਰਾਫੀ ਹੈ ਬਹੁਤ ਵੱਡਾ ਮੈਸੇਜ ਤੁਹਾਨੂੰ ਅਸੀਂ ਦੇਣ ਜਾ ਰਹੇ ਹਾਂ ਫਿਰ ਦੁਬਾਰਾ ਸੋ ਹਮੇਸ਼ਾ ਇਹੀ ਰਹਿੰਦਾ ਕਿ ਸਿਨੇਮਾ ਜ਼ਰੂਰ ਕਰੋ ਇੰਟਰਟੇਨਮੈਂਟ ਦੇ ਨਾਲ ਨਾਲ ਕੋਈ ਸੇਧ ਵੀ ਜੇ ਮਿਲ ਜੇ ਤਾਂ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਹਰਮਨ ਜੀ ਦਾ ਇੱਕ ਮਹਿਕਮਾ ਇਹ ਜ਼ਰੂਰ ਕਹਿੰਦੇ ਹੁੰਦੇ ਵੀ ਗਾਣਾ ਸੁਣਾਓ ਕਲਾਕਾਰ ਨੂੰ ਕਹਿੰਦੇ ਹੁੰਦੇ ਆ ਅੱਜ ਦੱਸੋ ਕੀ ਕਹੋਗੇ ਨਹੀਂ ਅੱਜ ਵੀ ਜ਼ਰੂਰ ਕਹਾਂਗੇ ਕਿਉਂਕਿ ਹਰ ਕਲਾਕਾਰ ਦੇ ਅੰਦਰ ਇੱਕ ਗਾਇਕ ਜ਼ਰੂਰ ਲੁਕਿਆ ਹੁੰਦਾ ਹੈ ਚਾਹੇ ਗਾਇਕ ਦੇ ਅੰਦਰ ਕੋਈ ਕਲਾਕਾਰ ਨਾ ਲੁਕਿਆ ਹੋਵੇ ਨਾ ਜੀ ਅਸੀਂ ਐਕਟਰੀ ਠੀਕ ਹੈ ਸੰਵਾਦ ਸੁਣੋ ਦੇਖੋ ਸਿੰਗਰ ਹਰ ਕੋਈ ਹੁੰਦਾ ਮੇਰੀ ਗੱਲ ਸੁਣੋ ਗਾਉਣ ਵਾਲਿਆਂ ਨਾਲ ਪੂਰਾ ਪੰਜਾਬ ਭਰਿਆ ਹੋਇਆ ਅੱਜ ਕੱਲ ਹਰ ਦੂਜੇ ਮੁੰਡੇ ਦਾ ਡ੍ਰੀਮ ਕੀ ਹੈ ਸਿੰਗਰ ਬਣਨਾ ਜੀ ਹਣ ਹਰ ਦੂਜੇ ਮੁੰਡੇ ਦਾ ਡ੍ਰੀਮ ਇਹੀ ਹੈ ਕਿ ਸਿੰਗਰ ਬਣਨਾ ਸੋ ਅਦਾਕਾਰ ਦਾ ਡਾਇਲੌਗ ਹੋ ਜੇ ਫਿਰ ਕੋਈ ਜਿਹੜਾ ਬਹੁਤ ਨੇੜਲਾ ਤੁਹਾਡੇ ਦਿਲ ਦੇ ਅੱਜ ਕੱਲ ਬੜੇ ਟਿਕਟੌਕ ਦੇ ਡਾਇਲੌਗ ਪੈ ਰਹੇ ਨੇ ਸੋ ਇੱਕ ਗਾਂਧੀ ਦਾ ਡਾਇਲੌਗ ਮੈਂ ਕੱਲ੍ਹ ਪਰਸੋਂ ਹੀ ਦੇਖ ਰਿਹਾ ਸੀ ਉਹ ਬੜਾ ਚੱਲ ਰਿਹਾ ਹਨਾ ਉਹਦੇ ਉੱਤੇ ਰੀਲ ਦੇ ਉੱਤੇ ਕਿ ਸ਼ਰੀਫ ਬੰਦੇ ਦੇ ਦਰਾਂ ਮੂਹਰੇ ਜਣਾ ਖਣਾ ਖੰਗੂਰਾ ਮਾਰ ਕੇ ਲੰਘਦਾ ਜਿਹਦਾ ਪਤਾ ਹੁੰਦਾ ਨਾ ਡੰਗ ਮੋਰਾਂ 'ਤੇ ਮਾਰੂ ਲੰਘਣ ਲੱਗੇ ਲੋਕ ਪੈਰ ਦਾ ਖੜਾਕ ਵੀ ਨਹੀਂ ਹੋਣ ਦਿੰਦੇ ਹੁਣ ਮੋਰਾਂ ਦੀ ਗੱਲ ਕੌਣ ਕਰ ਸਕਦਾ ਕੋਈ ਪਿੰਡ ਵਾਲਾ ਬੰਦਾ ਹੀ ਮੈਨੂੰ ਲੱਗਦਾ ਸ਼ਹਿਰੀ ਨੂੰ ਪਤਾ ਹੁੰਦਾ ਮੋਰ ਕੀ ਹੁੰਦਾ ਅਰੇ ਮੋਰ ਕੇ ਡਾਂਗ ਕਿਉਂ ਮਾਰੇ ਅਰੇ ਮੋਰ ਕੇ ਡਾਂਗ ਕਿਉਂ ਮਾਰੇਗਾ ਅਰੇ ਇਹ ਤਾਂ ਪੈਲ ਪਾਤਾ ਹੈ ਅਰੇ ਇਤਨੇ ਖੂਬਸੂਰਤ ਪੰਛੀ ਕੋ ਕਿਉਂ ਮਾਰ ਰਹਾ ਹੈ ਇਹ ਅਤਿਆਚਾਰੀ ਇਨਸਾਨ ਇਹਨੂੰ ਕਹਿੰਦੇ ਭਾਈ ਇਹਨੂੰ ਕਹਿੰਦੇ ਮੋਰ ਕਹਿੰਦੇ ਆ ਇੱਥੇ ਬੈਠੇ ਮੋਰ ਸਿੱਕੜੇ ਆ ਹਾਂ ਤਾਂ ਹੀ ਕਹਿੰਦੇ ਆ ਪਰ ਫਿਰ ਵੀ ਮੈਂ ਪਰ ਹੁਣ ਆ ਇਹ ਡਾਇਲੌਗ ਮੇਰੇ ਆਪਣੇ ਡਾਇਲੌਗ ਨੇ ਹਾਂਜੀ ਮੇਰੇ ਆਪਣੇ ਲਿਖੇ ਹੋਏ ਕਿਉਂਕਿ ਮੈਂ ਪਿੰਡਾਂ 'ਚ ਜ਼ਿਆਦਾਤਰ ਰਿਹਾ ਸੋ ਸਾਨੂੰ ਪਤਾ ਕਿ ਹਨਾ ਕਿੱਦਾਂ ਗਾਂਧੀ ਦੇ ਮੈਨੂੰ ਲੱਗਦਾ 60% ਡਾਇਲੌਗ ਮੇਰੇ ਸੀਗੇ ਸੋ ਮੈਂ ਖੁਦ ਉਹਦੇ ਸਕਰੀਨ ਪਲੇ 'ਤੇ ਬਹੁਤ ਮੈਂ ਅਤੇ ਇੰਦਰ ਨੇ ਮਿਲ ਕੇ ਅਸੀਂ ਮਿਹਨਤ ਕੀਤੀ ਸੋ ਫਿਲਮ ਸੀ ਕਿਉਂਕਿ ਐਂ ਲੱਗਦਾ ਸੀ ਯਾਰ ਇਹ ਫਿਲਮ ਚਲਾਉਣੀ ਹੈ ਜੇ ਇਹ ਫਿਲਮ ਚਲਾਵਾਂਗੇ ਤਾਂ ਅੱਗੇ ਕੁਛ ਬਣੂਗਾ ਪਰ ਆਪਣੇ ਨਾਂ ਦੇ ਨਾਲ ਇੱਕ ਟੈਗ ਲੈ ਕੇ ਤੁਰਨਾ ਕਿ ਹਮੇਸ਼ਾ ਬਦਮਾਸ਼ੀ ਵਾਲੀਆਂ ਫਿਲਮਾਂ ਹਮੇਸ਼ਾ ਇੱਕ ਵਿਲਨ ਨੁਮਾ ਫਿਲਮਾਂ ਹਨਾ ਇੱਕ ਗ੍ਰੇ ਸ਼ੇਡ ਜਿਹੜਾ ਆਰਟਿਸਟ ਬਣ ਕੇ ਰਹਿਣਾ ਇਹ ਵੀ ਤਾਂ ਔਖਾ ਕੰਮ ਹੈ ਕਿਉਂਕਿ ਆਰਟਿਸਟ ਐਕਟਰ ਤਾਂ ਹਰ ਤਰ੍ਹਾਂ ਦਾ ਕੰਮ ਕਰਨਾ ਚਾਹੁੰਦਾ ਪਰ ਉਹਦੀ ਇੱਕ ਪਛਾਣ ਬਣ ਜਾਂਦੀ ਹੈ ਕਿ ਇਹ ਤਾਂ ਸਿਰਫ ਮਤਲਬ ਇਹਦੇ ਲਈ ਹੀ ਠੀਕ ਹੈ ਇਹਦੇ ਤੋਂ ਕੰਮ ਨਹੀਂ ਕਰਾਉਣਾ ਕਾਕਾ ਜੀ ਰਾਹੀਂ ਤੁਸੀਂ ਇਹ ਪਛਾਣ ਤੋੜਨ ਦੀ ਕੋਸ਼ਿਸ਼ ਕੀਤੀ ਜੀ ਪਰ ਇਹਦੇ ਲਈ ਸਮਾਂ ਹੋਰ ਲੱਗੂ ਤੁਹਾਨੂੰ ਇਉਂ ਨਹੀਂ ਲੱਗਦਾ ਡੀਐਸਪੀ ਦੇਵ ਨੇ ਸਫਲਤਾ ਹਾਸਲ ਕੀਤੀ ਹੈ ਜੀ ਸੋਚ ਮੈਂ ਦੇਖੋ ਇੱਕ ਪੁਲਿਸ ਵਾਲੇ ਦਾ ਉਹ ਰੋਲ ਕੀਤਾ ਕਲਾਕਾਰ ਦੇ ਵਿੱਚ ਇੰਨੀ ਪਾਵਰ ਹੋਣੀ ਚਾਹੀਦੀ ਹੈ ਕਿ ਆਡੀਅੰਸ ਨੂੰ ਬਿਠਾ ਲੇ ਕਿ ਮੈਂ ਇਹ ਹਾਂ ਜੇ ਮੈਂ ਹੁਣ ਡੀਐਸਪੀ ਦੇਵ ਹਾਂ ਤਾਂ ਤੁਸੀਂ ਮੈਨੂੰ ਡੀਐਸਪੀ ਦੇਵ ਦੇਖੋ ਅਤੇ ਬਲੈਕੀਆ ਭੁੱਲ ਜਾਓ ਉਹ ਤੁਹਾਡੀ ਡਾਇਲੌਗ ਡਿਲੀਵਰੀ 'ਚ ਉਹ 'ਚ ਤੁਸੀਂ ਅੱਜ ਵੀ ਦੇਖ ਲਓ ਉਹਦੇ ਸੀਨ ਕੱਟ ਕੱਟ ਕੇ ਸੋਸ਼ਲ ਮੀਡੀਆ 'ਤੇ ਪੈਣੇ ਉੰਨੀ ਹੂਟਿੰਗ ਹੁੰਦੀ ਹੈ ਜਿੰਨਾ ਬਲੈਕੀਆ ਦੇ ਡਾਇਲੌਗ 'ਤੇ ਜਾਂ ਡਾਕੂਆਂ ਦੇ ਮੁੰਡੇ ਦੇ ਡਾਇਲੌਗ 'ਤੇ ਹੁੰਦੀ ਸੀ ਉੰਨੀ ਸੀਟੀਆਂ ਤਾੜੀਆਂ ਡੀਐਸਪੀ ਦੇਵ ਦੇ ਡਾਇਲੌਗਸ ਦੇ ਉੱਤੇ ਵੱਜੀਆਂ ਨੇ ਜੀ ਸੋ ਇਹ ਹੈ ਕਿ ਤੁਹਾਡੇ 'ਚ ਇੱਕ ਇੰਪ੍ਰੈਸਿਵ ਤਾਕਤ ਹੋਣੀ ਚਾਹੀਦੀ ਕਿ ਤੁਸੀਂ ਆਪਣੀ ਆਡੀਅੰਸ ਨੂੰ ਕਿਸ ਤਰੀਕੇ ਨਾਲ ਹੁਣ ਜੋ ਥੀਏਟਰ ਤੋਂ ਸਿੱਖਿਆ ਉਹ ਕੰਮ ਆਉਂਦਾ ਜੀ ਬਾਈ ਜੀ ਵੈਸੇ ਜਾਣਕਾਰੀ 'ਚ ਵਾਧਾ ਕਰੋ ਵੀ ਪੰਜਾਬੀ ਸਿਨੇਮਾ ਕਿੱਥੇ ਜੇ ਖੜਾ ਵੈਸੇ ਤਾਂ ਮੈਂ ਸਾਰੀ ਆਪਣੇ ਜਾਣਕਾਰ ਆ ਸਾਰੇ ਮਿੱਤਰ ਨੇ ਕੁਝ ਕੁ ਕਲਾਕਾਰ ਹੀ ਤੁਹਾਡੀ ਫਿਲਮ 'ਚ ਆ ਮੇਰੀ 'ਚ ਵੀ ਉਹ ਹੀ ਆ ਉਹਦੇ 'ਚ ਵੀ ਉਹ ਹੀ ਆ ਇਉਂ ਲੱਗਦਾ ਵੀ ਫਿਲਮ ਦਾ ਨਾਂ ਬਦਲ ਗਿਆ ਅਤੇ ਬਾਕੀ ਸਾਰਾ ਤਾੜਾ ਬਾਣਾ ਉਹੀ ਆ ਇਉਂ ਜਿਹਾ ਨਹੀਂ ਲੱਗਦਾ ਵੀ ਪੰਜਾਬੀ ਸਿਨੇਮਾ ਇੱਕ ਥਾਂ ਦੇ ਉੱਤੇ ਜਾ ਕੇ ਚੱਕਾ ਜਿਹਾ ਜਾਮ ਹੋ ਗਿਆ ਥੋੜ੍ਹਾ ਜਿਹਾ ਨਹੀਂ ਹੁਣ ਇਹਦੇ ਵਿੱਚ ਕੁਝ ਵੱਖਰੀ ਉਡਾਰੀ ਭਰਨ ਦੀ ਲੋੜ ਆ ਮੇਰੀਆਂ ਫਿਲਮਾਂ 'ਚ ਹਮੇਸ਼ਾ ਨਵੇਂ ਚਿਹਰੇ ਤੁਹਾਨੂੰ ਦੇਖਣ ਨੂੰ ਮੈਂ ਉਦਾਹਰਨ ਦਿੱਤੀ ਆ ਹਾਂਜੀ ਵੀ ਜਿਵੇਂ ਇਹਨਾਂ ਦੀ ਫਿਲਮ ਹੋਵੇ ਇਹਦੇ ਵਿੱਚ ਵੀ ਹੀਰੋ ਹੀ ਇਕੱਲਾ ਬਦਲਿਆ ਜਾਂਦਾ ਬਾਕੀ ਸਾਰਾ ਕੁਛ ਉਹੀ ਆ ਆਲੇ ਦੁਆਲੇ ਉਹੀ
ਮੈਂ ਤਾਂ ਆਪਣੇ ਆਪ 'ਤੇ ਕਹਿਣਾ ਕਿ ਸਾਡੀ ਟੀਮ ਨੇ ਜਾਂ ਮੈਂ ਡਰੀਮ ਰਿਐਲਿਟੀ ਨਾਲ ਅੱਜ ਪੰਜਵੀਂ ਜਾਂ ਛੇਵੀਂ ਫਿਲਮ ਕਰ ਰਿਹਾ ਅਤੇ ਜੇ ਮੈਂ ਉਹਨਾਂ ਦਾ ਮੁੱਲ ਮੋੜਿਆ ਤਾਂ ਹੀ ਮੇਰੇ ਨਾਲ 6 ਫਿਲਮਾਂ ਕਰ ਰਹੇ ਨੇ ਜੋਹਰੀ ਪ੍ਰੋਡਕਸ਼ਨ ਨਾਲ ਮੈਂ 3-4 ਫਿਲਮਾਂ ਕਰ ਰਿਹਾ ਜੇ ਮੈਂ ਫਿਲਮਾਂ ਚੱਲੀਆਂ ਨੇ ਸਾਡੀਆਂ ਲੋਕਾਂ ਨੇ ਪਿਆਰ ਦਿੱਤਾ ਤਾਂ ਕਰ ਰਿਹਾ ਨਹੀਂ ਪ੍ਰੋਡਿਊਸਰ ਰਿਪੀਟ ਨਹੀਂ ਹੁੰਦਾ ਕਦੇ ਸੋ ਲੋਕਾਂ ਦਾ ਆਪਸ ਦੇ ਵਿੱਚ ਮੈਨੂੰ ਲੱਗਦਾ ਕਿ ਲੋਕਾਂ ਨੂੰ ਯਕੀਨ ਆਪਣੇ ਕੰਟੈਂਟ 'ਤੇ ਨਹੀਂ ਹੈਗਾ ਉਹਨਾਂ ਨੂੰ ਲੱਗਦਾ ਕਿ ਆਹ ਵੱਡੇ ਵੱਡੇ ਫੇਸਿਸ ਲੈ ਲਓ ਇਹਨਾਂ ਨੂੰ ਦੇਖਣ ਲਈ ਲੋਕ ਆ ਜਾਣਗੇ ਸਗੋਂ ਕਿ ਅੱਜ ਕੱਲ੍ਹ ਲੋਕ ਫਰੈਸ਼ ਫੇਸਿਸ ਨੂੰ ਦੇਖਣਾ ਪਸੰਦ ਕਰਦੇ ਨੇ ਨਵੇਂ ਟੈਲੈਂਟ ਨੂੰ ਦੇਖਣਾ ਪਸੰਦ ਕਰਦੇ ਨੇ ਦੇਖੋ ਹੁਣ ਬਾਕੀ ਕੀ ਕਰਦੇ ਨੇ ਉਹਨਾਂ ਦੀ ਮਰਜ਼ੀ ਹੈ ਸਾਡੀਆਂ ਫਿਲਮਾਂ ਦੇ ਵਿੱਚ ਜਾਂ ਜਿਹੜੀਆਂ ਅਸੀਂ ਕਰ ਰਹੇ ਉਹਦੇ ਵਿੱਚ ਤੁਹਾਨੂੰ ਨਵਾਂ ਟੈਲੈਂਟ ਥੀਏਟਰ ਦੇ ਕਲਾਕਾਰ ਥੀਏਟਰ ਦੇ ਮੁੰਡੇ ਕੁੜੀਆਂ ਦੇਖਣ ਨੂੰ ਮਿਲਣਗੇ ਇਹੀ ਕੋਸ਼ਿਸ਼ ਹੁੰਦੀ ਹੈ ਕਿ ਯਾਰ ਇਹਦੇ ਲਈ ਕੋਈ ਨਵਾਂ ਚਿਹਰਾ ਲੋਕਾਂ ਨੂੰ ਫਰੈਸ਼ ਲੱਗਣਾ ਚਾਹੀਦਾ ਈਵਨ ਕਿ ਆਪਣੇ ਆਪ 'ਤੇ ਵਰਕ ਕਰੀਦਾ ਜੀ ਕਿ ਉਹ ਲੁਕਸ ਨਾ ਲੱਗੇ ਜਿਹੜੀਆਂ ਉਹਦੇ ਵਿੱਚ ਨੇ ਡਾਕੂਆਂ ਦੇ ਮੁੰਡੇ 'ਚ 3-4 ਲੁਕਸ ਨੇ ਟਰਾਈ ਕਰਦੇ ਰਹਿੰਦੇ ਆ ਸ਼ਰੀਕ ਦੇ ਵਿੱਚ ਮੈਂ ਆਪਣਾ ਚਿਹਰਾ ਮੋਹਰਾ ਆਪਣਾ ਸਾਰਾ ਕੁਝ ਵੇਟ ਵੂਟ ਬਦਲਿਆ ਹੈ ਨਾ ਥੋੜ੍ਹਾ ਜਿਹਾ ਹੋਰ ਹੈਵੀ ਹੋਇਆ ਕਿ ਯਾਰ ਹੋਰ ਲੱਗੇ ਪਿੰਡ ਦਾ ਹੱਟਾ ਕੱਟਾ ਬੰਦਾ ਹੈ ਨਾ ਸੋ ਅਤੇ ਵੀ ਜਿੰਮੀ ਬਾਈ ਹੈਗਾ ਇੱਕ ਬੰਦਾ ਰਹੀਸ ਬੰਦਾ ਹੈ ਜਾਂ ਬਾਹਰ ਦਾ ਉਸ ਟਾਈਪ ਦਾ ਲੱਗੇ ਅਤੇ ਮੈਂ ਲੱਗਾਂਗੇ ਮੈਂ ਪੇਂਡੂ ਬੰਦਾ ਸੋ ਆਪਣੇ ਆਪ 'ਤੇ ਕੰਮ ਕਰਨਾ ਆਪਣੇ ਆਪ 'ਚ ਹਮੇਸ਼ਾ ਨਵਾਂ ਲੱਗਣਾ ਲੋਕਾਂ ਨੂੰ ਸੋ ਇਹ ਚੈਲੰਜ ਤਾਂ ਹੈਗਾ ਬਾਕੀ ਸੋਚ ਹੈ ਜੀ ਪ੍ਰੋਡਿਊਸਰਾਂ ਦੀ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਆਹ 7-8 ਬੰਦੇ ਜਾਂ ਜਿਨ੍ਹਾਂ ਦੀ ਫੈਨ ਫੋਲੋਇੰਗ ਬਹੁਤ ਜ਼ਿਆਦਾ ਉਹਨਾਂ ਨੂੰ ਲੈ ਲਓ ਦੇਖਣ ਲਈ ਲੋਕ ਆ ਜਾਣਗੇ ਜਦੋਂ ਕਿ ਇਹ ਵਾਲਾ ਤਜਰਬਾ ਫੇਲ ਹੋ ਚੁੱਕਾ ਪਰ ਸਾਡੀ ਇੱਕ ਬੇਨਤੀ ਹੈ ਵੀ ਜੇਕਰ ਤੁਹਾਨੂੰ ਥੋੜ੍ਹਾ ਜਿਹਾ ਕੋਈ ਭਾਰਾ ਬੰਦਾ ਚਾਹੀਦਾ ਹੋਵੇ ਹਾਂਜੀ ਤਾਂ ਤੁਸੀਂ ਨਾ ਇੱਦਾਂ ਵਧਾਇਆ ਘਟਾਇਆ ਕਰੋ ਸਾਨੂੰ ਡਿਊਟੀ ਦੇ ਦਿਆ ਕਰੋ ਨਹੀਂ ਤੁਸੀਂ ਫਿੱਟ ਹੋ ਤੁਹਾਨੂੰ ਮੈਂ ਭਾਰਾ ਕਹਿ ਨਹੀਂ ਸਕਦਾ ਬਾਈ ਤੁਸੀਂ ਫਿੱਟ ਹੋ ਜੀ ਮੈਨੂੰ ਇਹ ਵੀ ਚਲੋ 4 ਪੈਸੇ ਇਧਰੋਂ ਆ ਜਾ ਕਰਦੇ ਮੈਨੂੰ ਲੱਗਦਾ ਕੁਝ ਕਰੋਗੇ ਜਾਣਾ ਨਹੀਂ ਨਹੀਂ ਇਹ ਵਧੀ ਵਧੀ ਤੁਸੀਂ ਵਧੀਆ ਤੁਸੀਂ ਦੋਵੇਂ ਵਧੀਆ ਐਕਟਿੰਗ ਕਰ ਲਓਗੇ ਤੁਹਾਨੂੰ ਚਾਂਸ ਮਿਲੂਗਾ ਜੀ ਬਹੁਤ ਛੇਤੀ ਬਹੁਤ ਮਿਹਰਬਾਨੀ ਹਾਂ ਦੋਸਤੋ ਛੇਤੀ ਚਾਂਸ ਮਿਲੂਗਾ ਤੁਹਾਨੂੰ ਤੁਹਾਡੀ ਜੁਗਲਬੰਦੀ ਆਪਸ ਬਹੁਤ ਕਮਾਲ ਹੈ ਠੀਕ ਹੈ ਮੈਂ ਜ਼ਿਆਦਾ ਇੱਥੇ ਸੈੱਟ ਤੇ ਆਇਆ ਮੇਰੇ ਚਿਹਰੇ ਤੇ ਸਮਾਈਲ ਹੀ ਆ ਉਦੋਂ ਦੀ ਇੱਕ ਵਾਰੀ ਮੈਂ ਤੁਹਾਡੀ ਇੱਕ ਮੁਲਾਕਾਤ ਸੁਣੀ ਉਹਦੇ ਵਿੱਚ ਭਗਵੰਤ ਮਾਨ ਦੇ ਨਾਲ ਵੀ ਕੋਈ ਤਜਰਬਾ ਸਾਂਝਾ ਕੀਤਾ ਸੀ ਹਾਂਜੀ ਜੇ ਸਾਂਝਾ ਕਰਨਾ ਅੱਜ ਫਿਰ ਚਾਹੋ ਤਾਂ ਤੁਸੀਂ ਯਾਦ ਕਰਾਓ ਮੈਂ ਕਰ ਲੈਣਾ ਮੈਂ ਤਾਂ ਬੇਭਾਕ ਬੰਦਾ ਮੇਰੇ ਤਾਂ ਜੋ ਦਿਲ 'ਚ ਆ ਉਹ ਜ਼ਮਾਨ 'ਤੇ ਆ ਹਾਂ ਉਹ ਥੋੜ੍ਹਾ ਜਿਹਾ ਇਹ ਸੀਗਾ ਵੀ ਕੋਈ ਮਿੱਠਾ ਸਲੂਣਾ ਤਜਰਬਾ ਸੀਗਾ ਇੱਕ ਮੁਹੱਬਤੀ ਤਾਣੇ ਬਾਣੇ ਦੋਸਤ ਨਹੀਂ ਨਿਕਲ ਕੇ ਪੁਰਾਣੇ ਪੁਰਾਣੇ ਜ਼ਖਮ ਛੇੜ ਰਹੇ ਹੋ ਤੁਸੀਂ ਹਾਂ ਉਹ ਕੁਛ ਨਹੀਂ ਆ ਉਹ ਬਾਈ ਨੇ ਕਿਤੇ ਕਹਿਤਾ ਵੀ ਦੇਵ ਚੱਲਿਆ ਸੀਗਾ ਮਰਨ 'ਤੇ ਮੈਂ ਮੋੜ ਕੇ ਲਿਆ ਇੱਦਾਂ ਦਾ ਕੁਛ ਨਹੀਂ ਸੀਗਾ ਹਾਂ ਹਾਂ ਠੀਕ ਆ ਮੈਂ ਦੁਖੀ ਸੀਗਾ ਮਾਯੂਸ ਸੀਗਾ ਬਾਈ ਨੇ ਹੈਲਪ ਬਹੁਤ ਕੀਤੀ ਮੇਰੀ ਰਾਣਾ ਬਾਈ ਇਹ ਬਾਈ ਮੈਨੂੰ ਨਾਲ ਲੈ ਗਏ ਸੀਗੇ ਆਪਣੇ ਇਹਨਾਂ ਦਾ ਸ਼ੋਅ ਸੀਗਾ ਮੇਰੇ ਅੱਜ ਵੀ ਯਾਦ ਆ ਚੰਬੇ ਲੈ ਗਏ ਸੀ ਪਰ ਮੈਂ ਇੰਨਾ ਕਦੇ ਨਹੀਂ ਕਿਹਾ ਕਿ ਮੈਂ ਨਹਿਰ ਵਾਲੇ ਪਾਸੇ ਨੂੰ ਤੁਰ ਪਾਂ ਉਹ ਨਹੀਂ ਸੀ ਮੈਂ ਕਿਹਾ ਉਹ ਮੈਨੂੰ ਵੀ ਨਹੀਂ ਸਮਝ ਆਈ ਬਾਈ ਕਿਵੇਂ ਕਹਿ ਗਏ ਕਿਸ ਲਿਹਾਜ਼ ਨਾਲ ਕਹਿ ਗਏ ਇੰਟਰਵਿਊ ਮੈਂ ਸੁਣੀ ਸੀਗੀ ਸੋ ਮੈਂ ਇੱਦਾਂ ਨਹੀਂ ਮੈਂ ਹਮੇਸ਼ਾ ਹਾਲਾਤਾਂ ਨਾਲ ਲੜਨ ਵਾਲਾ ਇਨਸਾਨ ਹਾਂ ਹਾਲਾਤਾਂ ਨਾਲ ਲੜਦਾ ਰਿਹਾ ਤਾਂ ਇੱਥੇ ਤੱਕ ਪਹੁੰਚਿਆ ਪਰ ਜਿਵੇਂ ਲਾਭ ਹੀਰੇ ਦਾ ਗੀਤ ਆ ਜਿਹੜਾ ਇਸ਼ਕ ਦੀ ਪੌੜੀ ਚੜ੍ਹ ਗਿਆ ਸਮਝ ਲਓ ਮੰਨ ਜਾ ਗਿਆ ਉਹ ਸਾਰੇ ਸੁਣਦੇ ਆ ਹੈ ਨਾ ਉਹ ਤੁਸੀਂ ਵੀ ਸੁਣੇ ਹੋਣੇ ਇਹ ਤੁਸੀਂ ਸੁਣਿਆ ਹੋਇਆ ਤਾਂ ਉਹਦਾ ਜ਼ਿਕਰ ਹੋਇਆ ਕਲੀਅਰ ਕੰਠ ਬਹੁਤ ਸੁਣਿਆ ਕੰਠ ਕਲੀਅਰ ਉਹਦਾ ਕਲੀਅਰ ਕੰਠ ਬਹੁਤ ਸੁਣਿਆ ਵਾਹ ਸੋ ਇਹ ਸਾਰਿਆਂ ਦੇ ਤਜਰਬੇ ਨੇ ਹਰ ਇੱਕ ਦੀ ਜ਼ਿੰਦਗੀ 'ਚ ਇਹ ਤਜਰਬੇ ਹੋਣੇ ਚਾਹੀਦੇ ਨੇ ਸ਼ਾਇਦ ਉਹ ਤਜਰਬੇ ਅੱਜ ਮੇਰੇ ਫਿਲਮਾਂ 'ਚ ਕੰਮ ਆ ਰਹੇ ਨੇ ਵਾਹ ਵਾਹ ਸੋ ਮੈਨੂੰ ਇੱਕ ਮੈਨੂੰ ਲੱਗਦਾ ਕਿ ਇੱਕ ਵਧੀਆ ਐਕਟਰ ਦਾ ਉਹ ਚੀਜ਼ਾਂ ਮੈਂ ਫੀਲ ਕਰਦਾ ਯਾਰ ਉਸ ਟਾਈਮ 'ਚ ਜੇ ਆਹ ਹਾਲਾਤ ਨੇ ਤਾਂ ਕੀ ਹੋਣਗੇ ਮੈਂ ਡਾਕੂਆਂ ਦੇ ਮੁੰਡੇ 'ਚ ਮੇਰੇ ਤਾਂ ਜਪਜੀ ਦਾ ਸੀਨ ਆ ਕਿ ਮੈਨੂੰ ਛੱਡ ਕੇ ਚਲੀ ਜਾਂਦੀ ਹੈ ਤਾਂ ਮੈਂ ਉਹ ਚੀਜ਼ ਨੂੰ ਉਦੋਂ ਦਾ ਫੀਲ ਕੀਤਾ ਕਿ ਯਾਰ ਉਸ ਟਾਈਮ ਤੂੰ ਕਿਵੇਂ ਸੀਗਾ ਯਾਰ ਉਹ ਤੇਰਾ ਰੀਅਲ ਸੀਗਾ ਉਹ ਲੈ ਕੇ ਆ ਸੋ ਚੀਜ਼ਾਂ ਕਈ ਵਾਰ ਤਜਰਬੇ ਤੁਹਾਡੇ ਹੁਣ ਐਕਟਿੰਗ 'ਚ ਕੰਮ ਆ ਰਹੇ ਨੇ ਹਰਪਾਲ ਟਵਾਣਾ ਜੀ ਨੂੰ ਭਾਜੀ ਗੁਰਸ਼ਰਨ ਸਿੰਘ ਮੰਨਾ ਸਿੰਘ ਜੀ ਨੂੰ ਉਹਨਾਂ ਨੂੰ ਕਦੇ ਚੇਤੇ ਦੇ ਵਿੱਚ ਵਸਾਰ ਨਹੀਂ ਸਕਦੇ ਇਹ ਸਾਡੀ ਨੌਜਵਾਨ ਪੀੜ੍ਹੀ ਦੇ ਇੱਕ ਹਿੱਸੇ ਦੀ ਮਾੜੀ ਯਾਦਾਸ਼ਤ ਦਾ ਮੈਨੂੰ ਹਰਪਾਲ ਸਿੰਘ ਟਵਾਣਾ ਜੀ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ ਸੋ ਇਹਨਾਂ ਨੇ ਇੱਕ ਆਡੀਸ਼ਨ ਕੀਤਾ ਸੀ ਮੈਂ ਉੱਥੇ ਆਡੀਸ਼ਨ ਦਿੱਤਾ ਅਤੇ ਇਹਨਾਂ ਨੇ ਮੈਨੂੰ ਸਿਲੈਕਟ ਕੀਤਾ ਸੀ ਫਿਲਮ ਲਈ ਮਹਾਰਾਜਾ ਰਣਜੀਤ ਸਿੰਘ ਫਿਲਮ ਬਣਾ ਰਹੇ ਸੀਗੇ ਦੈਟ ਟਾਈਮ ਤਾਂ ਬਸ ਉਦੋਂ ਉਹਨਾਂ ਨਾਲ ਵੀ ਕੰਮ ਕੀਤਾ ਹੋਰ ਬਲਰਾਜ ਪੰਡਿਤ ਜੀ ਨਾਲ ਕੰਮ ਕੀਤਾ ਰਜੇਸ਼ ਸ਼ਰਮਾ ਜੀ ਜਿੰਨੇ ਵੀ ਪਟਿਆਲੇ ਥੀਏਟਰ ਕਰਦੇ ਨੇ ਨਾਟਕ ਕਰਦੇ ਸਾਰਿਆਂ ਨਾਲ ਮੈਂ ਬਹੁਤ ਸਾਰੇ ਪਲੇਸ ਕੀਤੇ ਨੇ ਸੋ ਇੱਕ ਵਾਰ ਸਾਡੀ ਯਾਦ ਹੈ ਮਿੱਠੀ ਸਾਂਝੀ ਜੀ ਅਸੀਂ ਗਏ ਸੀਗੇ ਇੰਗਲੈਂਡ ਭਗਵੰਤ ਬਾਈ ਦਾ ਸ਼ੋਅ ਸੀਗਾ ਸਾਡੇ ਮੁੱਛਾਂ ਲੱਗੀਆਂ ਸੀ ਜੱਗੀ ਸਾਡਾ ਫਾਦਰ ਬਣਿਆ ਸੀ ਸਟੇਜ ਦੇ ਉੱਤੇ ਮੈਂ ਵੀ ਸੀਗਾ ਬੀਨੂ ਬਾਈ ਸੀਗੇ ਭਗਵੰਤ ਬਾਈ ਸੀਗੇ ਹੁਣ ਜੱਗੀ ਬਾਈ ਵੱਡੀਆਂ ਮੁੱਛਾਂ ਲਾ ਕੇ ਆ ਗਏ ਥੋੜ੍ਹਾ ਜ਼ਿਆਦਾ ਕ੍ਰੀਏਟਿਵ ਲੋਕਾਂ ਨੂੰ ਜ਼ਿਆਦਾ ਹਸਾਵਾਂ ਮੈਂ ਹੁਣ ਮੈਂ ਤਾਂ ਇੱਦਾਂ ਹੀ ਸੀਗਾ ਬੀਨੂ ਬਾਈ ਵੀ ਇੱਦਾਂ ਹੁਣ ਜੱਗੀ ਬਾਈ ਬੋਲਦਾ ਜੱਗੀ ਬਾਈ ਦੀ ਮੁੱਛ ਗਿਰ ਗਈ ਥੱਲੇ ਅੱਛਾ ਹੁਣ ਉਹ ਮੁੱਛ ਗਿਰ ਗਈ ਅਤੇ ਲੋਕ ਬੀਨੂ ਬਾਈ ਨੇ ਹੱਥ ਰੱਖ ਲਿਆ ਕਹਿੰਦਾ ਹੁਣ ਬੋਲ ਬਾਪੂ ਕੋਈ ਚੱਕਰ ਨਹੀਂ ਤਾਂ ਉਦੋਂ ਫਿਰ ਅਸੀਂ ਹੱਸ ਹੱਸ ਕੇ ਸਟੇਜ 'ਤੇ ਮੈਂ ਤਾਂ ਜਦੋਂ ਬੀਨੂ ਬਾਈ ਨੇ ਮੁੱਛ ਡਿੱਗੀ ਅਤੇ ਮੇਰੀ ਹਾਸੀ ਬਹੁਤ ਛੇਤੀ ਨਿਕਲ ਜਾਂਦੀ ਕੱਚਾ ਹੱਸਣ ਦਾ ਮੈਂ ਪਿੱਛੇ ਹੱਸੋ ਦੇਖਣ ਦਾ ਮੈਂ ਥੱਲੇ ਲਿਟਿਆ ਪਿਆ ਭਗਵੰਤ ਬਾਈ ਬੋਲਣ ਲੱਗਿਆ ਉਹ ਵੀ ਹੱਸ ਪਿਆ ਸਾਰੇ ਹੱਸ ਪਏ ਫਿਰ ਆਡੀਅੰਸ ਨੇ ਖੜੇ ਹੋਏ ਤੇ ਭਗਵੰਤ ਬਾਈ ਕਹਿੰਦੇ ਸਾਡੇ ਨਾਲ ਵੀ ਹੁੰਦਾ ਕਦੇ
ਤੋ ਬਹੁਤ ਇੰਜੋਏ ਕੀਤੇ ਹੋ ਪਾਲ ਜੀ ਬਾਈ ਜੀ ਮੈਂ ਤੁਹਾਡੀਆਂ ਕੁਛ ਮੁਲਾਕਾਤਾਂ ਸੁਣੀਆਂ ਆਲੇ ਦੁਆਲੇ ਵੀ ਸੁਣਿਆ ਵੀ ਜਿਵੇਂ ਫਿਲਮਾਂ ਦੇ ਵਿੱਚ ਨਵੇਂ ਚਿਹਰੇ ਨੂੰ ਨਵੇਂ ਮੁੰਡੇ ਨੂੰ ਮੌਕਾ ਦੇਣ ਦੇ ਨਾਂ ਦੇ ਉੱਤੇ ਵਰਤਿਆ ਜਾਂਦਾ ਵੀ ਇੱਕ ਫਿਲਮ ਦੇ ਲਈ ਤੁਹਾਨੂੰ 1,00,000 ਰੁਪਈਆ ਮਿਲਿਆ ਹਾਂਜੀ ਕਿਤੇ ਤੁਹਾਨੂੰ ਮੇਰਾ ਖਿਆਲ ਆ ਵੀ 21,000 ਕਿ 51,000 ਵੀ ਮਿਲਿਆ ਹਾਂ 21,000 ਮੈਨੂੰ ਮਿਲਿਆ ਸੀਗਾ ਸਾਡਾ ਹੱਕ ਦਾ ਸਾਡਾ ਹੱਕ ਦਾ 21,000 ਮੈਨੂੰ ਲੱਗਦਾ 5,100 ਰੁਪਇਆ ਮੈਨੂੰ ਹਸ਼ਰ ਦਾ ਸੀਗਾ ਅਤੇ ਪਹਿਲੀ ਫਿਲਮ ਸੀ ਜਿਹੜੀ ਚਲੋ ਉਹ ਤਾਂ ਮੈਂ ਹੁਣ ਕਹਿ ਨਹੀਂ ਸਕਦਾ ਮੇਰੇ ਪ੍ਰੋਡਕਸ਼ਨ ਹਾਊਸ ਨੂੰ ਵੀ ਨਹੀਂ ਕਹਿ ਸਕਦਾ ਕਿਉਂਕਿ ਉਹ ਤਾਂ ਮੇਰੇ ਲਈ ਬ੍ਰੇਕ ਸੀ ਗਾਂਧੀ ਤੋ 1,25,000 ਬਹੁਤ ਇੱਕ ਅਮਾਊਂਟ ਸੀਗੀ ਹਜ਼ਾਰਾਂ 'ਚੋਂ ਲੱਖਾਂ 'ਚ ਆ ਗਏ ਅਮਾਊਂਟ ਸੀ ਫਿਰ ਜਦੋਂ ਗਾਂਧੀ 2 ਲੈ ਕੇ ਗਿਆ ਤਾਂ ਉਹ ਵੀ ਮੈਂ ਲੱਗਿਆ ਸੀ ਉਹਦਾ 2,50,000 ਰੁਪਇਆ ਸੀਗਾ ਡਾਕੂਆਂ ਦੇ ਮੁੰਡੇ ਦਾ ਵੀ ਉਦੋਂ ਹਿੱਟ ਦੇਣ ਤੋਂ ਬਾਅਦ ਵੀ ਘੱਟ ਹੀ ਸੀ ਚਲੋ ਕੋਈ ਨਾ ਹੁਣ ਥੋੜ੍ਹਾ ਜਿਹਾ ਬਾਬੇ ਨੇ ਬਾਹਰਲੇ ਪਾਸੇ ਵਧੀਆ ਕਰਤਾ ਜੀ ਸਾਰਾ ਕੁਛ ਬਹੁਤ ਖੂਬ ਵਕਤ ਹੈ ਵਕਤ ਹਰ ਇੱਕ ਚੀਜ਼ ਤੁਹਾਨੂੰ ਕੋਈ ਨਾ ਕੋਈ ਸਿਖਾ ਕੇ ਜਾਂਦਾ ਕੁਛ ਤੁਸੀਂ ਬਹੁਤ ਸੰਘਰਸ਼ ਕੀਤਾ ਸੰਘਰਸ਼ ਬਾਜੀ ਕਿਉਂਕਿ ਆਮ ਬੰਦੇ ਨੂੰ ਪਤਾ ਨਹੀਂ ਹੁੰਦਾ ਗਾ ਅਸੀਂ ਸਾਡੀ ਸਾਰਿਆਂ ਦੀ ਇੱਕ ਆਦਤ ਆ ਵੀ ਅਸੀਂ ਮਸ਼ਹੂਰ ਬੰਦੇ ਨੂੰ ਇਹ ਦੇਖਦੇ ਵੀ ਦੇਖੋ ਕਿੱਥੇ ਪਹੁੰਚ ਗਿਆ ਆਪਾਂ ਕਹਿੰਦੇ ਆ ਸੂਤ ਲੱਗ ਗਿਆ ਇਹਨੇ ਕੀ ਹਾਸਲ ਕਰ ਲਿਆ ਕੀ ਹਾਸਲ ਕਰ ਲਿਆ ਇਹ ਪਤਾ ਹੁੰਦਾ ਉਹਨੇ ਕੀ ਗਵਾ ਲਿਆ ਇਹ ਸਿਰਫ ਉਸ ਬੰਦੇ ਨੂੰ ਹੀ ਪਤਾ ਹੁੰਦਾ ਭਾਜੀ ਕੀ ਗਵਾ ਲਿਆ ਬਾਈ ਇਹ ਜਿਹੜੀ ਇੰਟਰਟੇਨਿੰਗ ਦੀ ਫੀਲਡ ਆ ਨਾ ਜਿਹੜੀ ਇਸ ਰਿਲੇਟਡ ਸਾਡੇ ਆਰਟ ਦੇ ਨਾਲ ਹੈਗੀ ਜੇ ਬੰਦਾ ਇਹ 'ਚ ਕਾਮਯਾਬ ਨਹੀਂ ਹੁੰਦਾ ਸੁਪਨੇ ਵੱਡੇ ਹੁੰਦੇ ਨੇ ਬਹੁਤ ਜ਼ਿਆਦਾ ਫਰਸਟ੍ਰੇਸ਼ਨ ਆਉਂਦੀ ਹੈ ਕਈ ਬੰਦੇ ਤੁਹਾਨੂੰ ਪਤਾ ਸੁਸਾਈਡ ਵੀ ਕਰ ਜਾਂਦੇ ਨੇ ਹੈ ਨਾ ਮਰ ਜਾਂਦੇ ਆ ਜਾਂ ਦਿਮਾਗੀ ਤੌਰ 'ਤੇ ਹਿੱਲ ਜਾਂਦੇ ਆ ਸੋ ਮੇਰੇ ਅੱਗੇ ਇੱਕ ਐਗਜ਼ਾਮਪਲ ਸੀ ਪਟਿਆਲੇ ਦੇ ਯਸ਼ਪਾਲ ਸ਼ਰਮਾ ਜੀ ਨਸੀਰੂਦੀਨ ਸ਼ਾਹ ਨਾਲ ਲੀਡ 'ਚ ਫਿਲਮ ਕੀਤੀ ਬਟ ਉਹ ਤੋਂ ਉਹਨਾਂ ਨਾਲ ਲੜਾਈ ਹੋਈ ਸੁਣਿਆ ਸੀ ਉਹਨਾਂ ਨੇ ਚੱਕੂ ਚੁੱਕੂ ਮਾਰਤਾ ਅਤੇ ਉਹ ਬੰਦਾ ਪਟਿਆਲੇ ਆ ਗਿਆ ਅਤੇ ਹਿੱਲ ਗਿਆ ਮੈਂਟਲੀ ਤੌਰ 'ਤੇ ਮੈਂ ਮਿਲਿਆ ਵੀ ਉਹਨਾਂ ਨੂੰ ਸੋ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀ ਉਹ ਕੀ ਗੱਲ ਕਰਦੇ ਹੁੰਦੇ ਸੀ ਸੋ ਇੱਦਾਂ ਦੀ ਇਹ ਫੀਲਡ ਹੈਗੀ ਸੁਪਨੇ ਬਹੁਤ ਵੱਡੇ ਬੰਦਾ ਸੰਜੋ ਲੈਂਦਾ ਮੇਰੇ ਨਾਲ ਬਹੁਤ ਕੁਛ ਹੋਇਆ ਵਾਪਰਿਆ ਸੋ ਮੈਂ ਨਿਕਲਿਆ ਬਟ ਮੈਂ ਅੱਜ ਵੀ ਸਟਰਗਲ ਕਰ ਰਿਹਾ ਅੱਜ ਮੈਂ ਸਟਰਗਲ ਕਰਦਾ ਚੰਗੀਆਂ ਕਹਾਣੀਆਂ ਲਈ ਲੱਭਣ ਲਈ ਆਪਣੀ ਫਿਟਨੈਸ ਉੱਤੇ ਸੋ ਆਪਣੇ ਪ੍ਰੋਡਿਊਸਰਾਂ ਨੂੰ ਆਪ ਫੋਨ ਕਰਦਾ ਭਾਅ ਜੀ ਆਹ ਕਹਾਣੀ ਆਈ ਹੈ ਮੈਂ ਨਹੀਂ ਵੇਟ ਕਰਦਾ ਕਿ ਮੇਰੇ ਕੋਲ ਕੋਈ ਪ੍ਰੋਡਿਊਸਰ ਆਊਗਾ ਭਾਅ ਜੀ ਆਹ ਕਹਾਣੀ ਆਪਾਂ ਇਹ 'ਤੇ ਕੰਮ ਕਰੀਏ ਇਹਨੂੰ ਅੱਗੇ ਲੈ ਕੇ ਜਾਈਏ ਜਿਵੇਂ ਹੁਣ ਬਲੈਕੀਆ 2 ਦੀ ਕਹਾਣੀ ਸੀ ਉਹ ਮੇਰੀ ਆਪਣੀ ਕਹਾਣੀ ਹੈ ਸਭ ਨੂੰ ਬਹੁਤ ਪਸੰਦ ਆਈ ਜੀ ਸੋ ਮੇਰਾ ਆਪਣਾ ਇੱਕ 1 ਲਾਈਨ ਬਣਾਈ ਹੋਈ ਹੈ ਸੋ ਹੁਣ ਅਸੀਂ ਉਹਦੇ ਉੱਤੇ ਕੰਮ ਕਰ ਰਹੇ ਹਾਂ ਸੋ ਅੱਜ ਵੀ ਉਹ ਸਟਰਗਲ ਹੈ ਜੇ ਮੈਂ ਅੱਜ ਚੁੱਪ ਕਰਕੇ ਬਹਿ ਜਾਂ ਕਿ ਹਾਂਜੀ ਮੈਂ ਅੱਜ ਵੇਸਲਾ ਹੋ ਜਾਂਦਾ ਮੈਨੂੰ ਲੱਗਦਾ ਮੈਂ ਕੰਪੀਟੀਸ਼ਨ ਬਹੁਤ ਹੈ ਔਰ ਤੁਹਾਡੇ ਜਦੋਂ ਬਹੁਤ ਸਾਰੇ ਲੋਕ ਅਗੇਂਸਟ ਹੋਣ ਤਾਂ ਤੁਹਾਨੂੰ ਫਿਰ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ ਤੁਸੀਂ ਚੁੱਪ ਕਰਕੇ ਨਹੀਂ ਬੈਠ ਸਕਦੇ ਜਿਹੜੀ ਨਵੀਂ ਪੀੜ੍ਹੀ ਇਸ ਖੇਤਰ ਦੇ ਵਿੱਚ ਆਉਣਾ ਚਾਹੁੰਦੀ ਹੈ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਇਹੀ ਕਹੂੰਗਾ ਜੀ ਪਹਿਲਾਂ ਤਾਂ ਤੁਸੀਂ ਪੂਰੀ ਤਰ੍ਹਾਂ ਨਾਲ ਆਪਣੇ ਟੈਲੈਂਟ ਦੇ ਭਰੋਸਾ ਰੱਖੋ ਸਿੱਖ ਕੇ ਆਓ ਇਹ ਨਾ ਸੋਚੋ ਕਿ ਤੁਹਾਡੀਆਂ ਵਧੀਆ ਤੁਸੀਂ ਦੇਖਦੇ ਹੋ ਜਾਂ ਤੁਸੀਂ 4 ਗਾਣੇ ਕਰ ਲਏ ਅਤੇ ਸਿੱਧਾ ਤੁਸੀਂ ਕਹੋ ਜੀ ਮੈਂ ਐਕਟਿੰਗ ਕਿਉਂਕਿ ਇਹ ਫੀਲਡ ਦੁਬਾਰਾ ਮੌਕਾ ਨਹੀਂ ਦਿੰਦੀ ਹਾਂ ਜੇ ਤੁਹਾਡੇ 'ਚ ਕਲਾ ਹੈਗੀ ਤੁਸੀਂ ਪਹਿਲੀ ਵਾਰ ਛਾ ਗਏ ਤਾਂ ਛਾ ਗਏ ਲੋਕਾਂ ਨੂੰ ਇੰਪ੍ਰੈਸ ਕਰ ਲਿਆ ਹੈ ਨਾ ਇੰਡਸਟਰੀ ਦਾ ਧਿਆਨ ਖਿੱਚਣਾ ਤੁਸੀਂ ਬਹੁਤ ਸਾਰੇ ਲੋਕਾਂ ਦਾ ਸੋ ਇੱਕ ਵਾਰ ਜਿਹੜੀ ਛਾਪ ਤੁਹਾਡੇ 'ਤੇ ਲੋਕ ਲਾ ਦਿੰਦੇ ਨੇ ਉਹ ਛੇਤੀ ਛੇਤੀ ਨਿਕਲਦੀ ਨਹੀਂ ਹੈਗੀ ਇਸ ਇੰਡਸਟਰੀ ਦੇ ਵਿੱਚ ਜੇ ਇੱਕ ਵਾਰ ਕਿਸੇ ਨੇ ਕਹਿਤਾ ਵੀ ਨਹੀਂ ਯਾਰ ਉਹ ਤਾਂ ਮਾੜਾ ਐਕਟਰ ਹੈ ਉਹ ਬੇਸ਼ੱਕ ਬਾਅਦ 'ਚੋਂ ਜਿੰਨੀ ਮਰਜ਼ੀ ਤਿਆਰੀ ਕਰਕੇ ਆ ਜੇ ਬਟ ਉਹ ਠੱਪਾ ਉਹਦੇ ਲੱਗਿਆ ਰਹੂਗਾ ਕੱਚਾ ਨਹੀਂ ਪੱਕਾ ਹੀ ਆਵੇ ਹਾਂ ਪੱਕਾ ਮੈਂ ਕਹਿੰਦਾ ਪੂਰੀ ਤਰ੍ਹਾਂ ਤੁਸੀਂ ਤਿਆਰ ਹੋ ਕੇ ਆਓ ਹੈ ਨਾ ਤੁਸੀਂ ਪਹਿਲਾਂ ਤਾਂ ਇਹ ਦੇਖੋ ਕਿ ਤੁਸੀਂ ਜਾਣਾ ਕਿਸ ਫੀਲਡ 'ਚ ਹੈ ਇਹ ਨਾ ਹੋਵੇ ਕਿ ਹੀਰੋ ਵਾਲਾ ਫੇਸ ਨਹੀਂ ਹੁੰਦਾ ਕਈ ਬੰਦੇ ਕਹਿੰਦੇ ਨੇ ਮੈਂ ਤਾਂ ਹੀਰੋ ਜਾਣਾ ਉਸੇ 'ਚ ਹੀ ਕਈ ਸਾਲ ਤੁਸੀਂ ਖਰਾਬ ਕਰ ਲੈਣੇ ਅੱਧੀ ਜ਼ਿੰਦਗੀ ਬੰਦੇ ਦੀ ਭਰਮ 'ਚ ਉਸੇ ਚੀਜ਼ 'ਚ ਨਿਕਲ ਜਾਂਦੀ ਹੈ ਹੈ ਨਾ ਸੋ ਤੁਸੀਂ ਜੇ ਅੱਜ ਕਰੈਕਟਰ ਰੋਲ ਵੀ ਮੈਂ ਤੁਹਾਨੂੰ ਅੱਜ ਐਗਜ਼ਾਮਪਲ ਦਿੰਦਾ ਬਿੰਨੂ ਬਾਈ ਕਰੈਕਟਰ ਰੋਲ ਕਰਦਾ ਅੱਜ ਹੀਰੋ ਆਇਆ ਹੈ ਨਾ ਜੋ ਫਿਲਮਾਂ ਚਲਾ ਵੀ ਰਹੇ ਨੇ ਬਿਲਕੁਲ ਸਹੀ ਸੋ ਹੈ ਨਾ ਰਾਣਾ ਰਣਵੀਰ ਵਰਗੇ ਕਰਮਜੀਤ ਅਨਮੋਲ ਵਰਗੇ ਕਿੱਡੇ ਕਿੱਡੇ ਨਾਮ ਬਣੇ ਨੇ ਕਰੈਕਟਰ ਰੋਲ ਕਰਕੇ ਸੋ ਇਹ ਨਹੀਂ ਹੈ ਤੁਸੀਂ ਜੇ ਕਲਾ ਨਾਲ ਰਿਲੇਟਡ ਹੋ ਤਾਂ ਆਪਣੀ ਕਲਾ 'ਤੇ ਭਰੋਸਾ ਕਰੋ ਪੂਰੀ ਤਰ੍ਹਾਂ ਸਿੱਖ ਕੇ ਆਓ ਜੀ ਤੇ ਬਾਈ ਜੀ ਕਲਾਕਾਰ ਦੇ ਕੋਲ ਜਿਹੜਾ ਗਾਇਕ ਆ ਉਹਦੇ ਕੋਲ ਤਾਂ ਮੌਕੇ ਹੁੰਦੇ ਫਿਲਮ ਨਾ ਚੱਲੀ ਅਗਲੀ ਕੈਸਟ ਚੱਲ ਜੂ ਗਾਣਾ ਚੱਲ ਜਾਣਾ ਜੇਕਰ ਹਰ ਇੰਟਰਵਿਊ 'ਚ ਕਹਿਣਾ ਕਿ ਬਾਈ ਜੀ ਮੈਨੂੰ ਮਿਹਨਤ ਕਰਨੀ ਪੈਣੀ ਤਾਂ 4 ਪ੍ਰੋਗਰਾਮ ਵੱਧ ਲੱਗ ਜਾਣਗੇ ਪਰ ਮੇਰਾ ਖਿਆਲ ਹੈ ਵੀ ਜਿਹੜਾ ਬੰਦਾ ਇਕੱਲਾ ਨਾਇਕ ਹੀ ਹੈ ਜਾਂ ਅਦਾਕਾਰੀ 'ਚ ਹੀ ਆ ਉਹਨੂੰ ਤਾਂ ਵੱਧ ਖਤਰਾ ਇਸ ਮਾਮਲੇ 'ਚ ਭਾਅ ਜੀ ਮੈਂ ਨਾ ਹੁਣ ਇੱਕ ਮੈਨੂੰ ਇੰਟਰਵਿਊ ਬੜੀ ਵਧੀਆ ਲੱਗੀ ਦਲਜੀਤ ਬਾਈ ਦੀ ਮੈਂ ਸੁਣ ਰਿਹਾ ਸੀਗਾ ਸੋ ਮੈਂ ਉਸ ਗੱਲ ਨੂੰ ਕਿਉਂਕਿ ਮੇਰੀ ਵੀ ਸੇਮ ਰਾਏ ਆ ਕਿ ਜੇ ਤੁਸੀਂ ਪਿੱਛੇ 6 ਫਿਲਮਾਂ ਹਿੱਟ ਦੇਤੀਆਂ ਭੁੱਲ ਜਾਓ ਉਹਨਾਂ ਨੂੰ ਕਿ ਉਹ ਹਿੱਟ ਗਈਆਂ ਨੇ ਤੁਸੀਂ ਅਗਲੀ ਵੀ ਚਲਾਉਣੀ ਹੈ ਜੇ ਅਗਲੀ ਨਹੀਂ ਚੱਲੀ ਤੁਹਾਡੇ ਤੋਂ ਕੁਐਸਚਨ ਮਾਰਕ ਲੱਗ ਜਾਂਦਾ ਮੈਂ ਤਾਂ ਸੁਣਿਆ ਕਿਉਂਕਿ ਮੇਰੀ ਪਿੱਛੇ ਜ਼ਖਮੀ ਥੋੜ੍ਹੀ ਜਿਹੀ ਢਿੱਲੀ ਰਹਿ ਗਈ ਉਹ ਥੋੜ੍ਹੇ ਜ਼ਖਮ ਦੇ ਗਈ ਤਾਂ ਮੈਂ ਸੁਣਿਆ ਕਿਸੇ ਬੰਦੇ ਤੋਂ ਜਿਹੜਾ ਬੰਦਾ ਮੂੰਹ 'ਤੇ ਕਹਿੰਦਾ ਸੀ ਤਾਂ ਪਤਾ ਲੱਗਿਆ ਕਿ ਯਾਰ ਇਹ ਕਿਹੜਾ ਸਟਾਰ ਹੈ ਫਿਲਮ ਤਾਂ ਚੱਲੀ ਨਹੀਂ ਇਹ ਕਿਹੜਾ ਐਕਟਰ ਹੈ ਹੈ ਨਾ ਸੋ ਇਹ ਢਿੱਲ ਮਟਕ ਦੇ ਚੱਲਦੀ ਰਹਿੰਦੀ ਤਾਂ ਕਰੋਨਾ ਦਾ ਦੌਰ ਵੀ ਸੀਗਾ ਦੈਟ ਟਾਈਮ ਹੈ ਨਾ ਸਾਰੇ ਤੀਰ ਨਿਸ਼ਾਨੇ 'ਤੇ ਲੱਗਦੇ ਨਹੀਂ ਨਹੀਂ ਲੱਗਦੇ ਕਿਉਂਕਿ ਮੈਂ ਉਹ ਵੀ ਇੱਕ ਟਰਾਈ ਕੀਤਾ ਸੀ ਅਸੀਂ ਇੱਕ ਫੈਮਿਲੀ ਮੈਨ ਉਹ ਨਹੀਂ ਲੋਕਾਂ ਨੂੰ ਵਧੀਆ ਲੱਗਿਆ ਹੈ ਨਾ ਜੀ ਤਾਂ ਹੁਣ ਜੋ ਮੇਰੇ ਤੋਂ ਚਾਹੁੰਦੇ ਨੇ ਮੈਂ ਉਸ ਤਰ੍ਹਾਂ ਦੇ ਕਿਰਦਾਰਾਂ 'ਚ ਆ ਰਹੇ ਹਾਂ ਸੋ ਤੁਹਾਨੂੰ ਹਰ ਵਾਰ ਤਿਆਰੀ ਕਰਨੀ ਪੈਂਦੀ ਹੈ ਤੁਸੀਂ ਇਹ ਭੁੱਲ ਜਾਓ ਕਿ ਤੁਸੀਂ ਪਿੱਛੇ ਕਿੰਨੇ ਸਫਲ ਹੋ ਕੇ ਆਏ ਹੋ ਕਿੰਨੀਆਂ ਫਿਲਮਾਂ
ਅੱਜ ਵੀ ਇਹ ਚੱਲਦਾ ਅੱਜ ਵੀ ਲੋਕ ਇੱਦਾਂ ਫਿਲਮਾਂ ਬਣਾਉਂਦੇ ਨੇ ਸੋ ਜਿਹੜਾ ਬੰਦਾ ਆ ਗਿਆ ਪੈਸੇ ਲੈ ਕੇ ਅੱਛਾ ਇੱਕ ਜਿਹੜਾ ਨਵਾਂ ਪ੍ਰੋਡਿਊਸਰ ਹੁੰਦਾ ਇੱਕ ਤਾਂ ਉਹ ਪੂਰਾ ਰਿਸਰਚ ਵਰਕ ਨਹੀਂ ਕਰਕੇ ਆਉਂਦਾ ਫਿਲਮ ਦੇ ਉੱਤੇ ਉਹਨੂੰ ਜੋ ਸਬਜ ਬਾਗ ਦਿਖਾਏ ਜਾਂਦੇ ਨੇ ਕੱਲ੍ਹ ਮੈਨੂੰ ਮੇਰੀ ਪ੍ਰੋਡਿਊਸਰ ਦਾ ਫੋਨ ਆਇਆ ਉਪਾਸਨਾ ਸਿੰਘ ਜੀ ਦਾ ਉਹ ਕਹਿੰਦੀ ਫਲਾਣੀ ਫਿਲਮ ਨੇ 18 ਕਰੋੜ ਕਮਾ ਲਿਆ ਮੈਂ ਕਿਹਾ ਹੈ ਜੀ ਸਾਨੂੰ ਤਾਂ ਪਤਾ ਨਹੀਂ ਲੱਗਿਆ ਹੈਗਾ 18 ਕਰੋੜ ਕਮਾ ਲਿਆ ਸੋ ਇਹ ਮਿਸਗਾਈਡ ਕੀਤਾ ਜਾਂਦਾ ਲੋਕਾਂ ਨੂੰ ਹੈ ਨਵੇਂ ਪ੍ਰੋਡਿਊਸਰ ਨੂੰ ਜਦੋਂ ਕਿ ਉਹ ਫਿਲਮ ਇੰਡਸਟਰੀ ਦੇ ਨੇ ਤਾਂ ਇਹੀ ਮੈਂ ਕਹੂੰਗਾ ਕਿ ਜਿਹੜੇ ਲੋਕ ਆਏ ਉਹ ਆਪਣੇ ਪੈਸੇ ਲੁਟਾ ਕੇ ਗਏ ਨੇ ਜੀ ਬਹੁਤ ਘੱਟ ਨੇ ਜਿਹੜੇ ਪ੍ਰੋਡਿਊਸਰ ਪ੍ਰੋਡਕਸ਼ਨ ਹਾਊਸ ਜਿਨ੍ਹਾਂ ਨੂੰ ਸਮਝ ਆ ਉਹ ਫਿਲਮਾਂ ਬਣਾ ਰਹੇ ਨੇ ਉਹਦੀ ਪ੍ਰੋਡਕਸ਼ਨ ਦੀ ਗੱਲ ਕਰਦਾ ਵਾਈਟ ਹਿੱਲ ਪ੍ਰੋਡਕਸ਼ਨ ਦੀ ਗੱਲ ਕਰਦਾ ਜਾਂ ਮੈਂ ਸਾਡੇ ਡ੍ਰੀਮ ਰਿਐਲਿਟੀ ਪ੍ਰੋਡਕਸ਼ਨ ਹਾਊਸ ਦੀ ਗੱਲ ਕਰਦਾ ਜਾਂ ਹੋਰ ਵੀ ਜਿੰਨੇ ਪ੍ਰੋਡਕਸ਼ਨ ਹਾਊਸਿਸ ਨੇ ਹੈ ਨਾ ਜਿਨ੍ਹਾਂ ਨੂੰ ਸਮਝ ਆ ਉਹ ਲਗਾਤਾਰ ਫਿਲਮਾਂ ਬਣਾ ਰਹੇ ਨੇ ਜਿਨ੍ਹਾਂ ਨੂੰ ਪਤਾ ਕਿ ਕਿੰਨੇ ਕੁ ਬਜਟ 'ਚ ਫਿਲਮ ਹੋਣੀ ਚਾਹੀਦੀ ਹੈ ਕਿੰਨੇ ਕੁ ਪੈਸੇ ਲਾਉਣੇ ਆ ਫਿਲਮ ਦੇ ਉੱਤੇ ਉਹ ਬਣਾ ਰਹੇ ਨੇ ਜੀ ਜਿਹੜਾ ਨਵਾਂ ਬੰਦਾ ਉਹ ਇੱਕ ਵਾਰ ਆਇਆ ਤੇ ਮੁੜ ਕੇ ਨਹੀਂ ਆਇਆ ਹਨਾ ਉਹਨੂੰ ਕਹਿਤਾ ਜੀ ਆਹ ਫਲਾਣਾ ਹੀਰੋ ਲੈ ਲਓ ਆਹ ਫਲਾਣਾ ਇਹ ਨਹੀਂ ਚੱਲਣਾ ਜੀ ਭਾਵੇਂ ਉਹ ਹੀਰੋ ਚੱਲ ਰਿਹਾ ਹੋਵੇ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਘਟਾ ਕੇ ਦੱਸਿਆ ਜਾਂਦਾ ਕਿ ਨਹੀਂ ਜੀ ਇਹਦੀ ਆਹ ਫਿਲਮ ਨੇ ਤਾਂ ਇੰਨਾ ਕੁ ਬਿਜ਼ਨਸ ਕੀਤਾ ਜਦੋਂ ਕਿ ਉਹਦਾ ਕਿੰਨਾ ਜ਼ਿਆਦਾ ਬਿਜ਼ਨਸ ਹੁੰਦਾ ਹਨਾ ਸੋ ਫਿਰ ਉਹ ਮਿਸਗਾਈਡ ਨਹੀਂ ਆਹ ਲੈ ਲਓ ਇਹਦੀ ਥਾਂ 'ਤੇ ਇਹ ਮਿਸਗਾਈਡ ਕੀਤਾ ਜਾਂਦਾ ਜੀ ਮਤਲਬ ਚਾਹੇ ਤੁਸੀਂ ਨਿਰਮਾਤਾ ਦੇ ਤੌਰ 'ਤੇ ਆਉਣਾ ਹੈ ਚਾਹੇ ਤੁਸੀਂ ਇੱਕ ਅਦਾਕਾਰ ਦੇ ਤੌਰ 'ਤੇ ਆਉਣਾ ਕਿਸੇ ਵੀ ਤਰ੍ਹਾਂ ਦੇ ਨਾਲ ਇਹ ਸਨਅਤ 'ਚ ਆਉਣਾ ਤਾਂ ਪੈਰ ਪੱਕੇ ਕਰਕੇ ਆਓ ਕੱਚੇ ਪੈਰੀ ਨਹੀਂ ਤੁਹਾਨੂੰ ਮੇਰੇ ਖਿਆਲ 'ਚ ਕਾਹਲੀ 'ਚ ਕਦੇ ਨਹੀਂ ਹੈ ਤੁਹਾਨੂੰ ਕਿਸੇ ਇੱਕ ਬੰਦੇ ਨੇ ਕਹਿਤਾ ਕੋਈ ਪ੍ਰੋਡਿਊਸਰ ਅੱਜ ਫਿਲਮ 'ਤੇ ਪੈਸਾ ਲਾਉਣਾ ਚਾਹੁੰਦਾ ਉਹਨੂੰ ਕਿਸੇ ਇੱਕ ਬੰਦੇ ਨੇ ਕਹਿਤਾ ਜੀ ਆਹ ਫਲਾਣਾ ਬੰਦਾ ਚੱਲਦਾ ਜੀ ਆਪਾਂ ਆਹ ਹੀਰੋਇਨ ਲੈ ਲਾਂਗੇ ਆਹ ਲੈ ਲਾਂਗੇ ਆਹ ਕਹਾਣੀ ਹੈ ਉਸ ਬੰਦੇ ਨੂੰ ਆਪਣੇ ਆਪ ਨੂੰ ਸਮਝ ਹੋਣੀ ਚਾਹੀਦੀ ਹੈ ਉਹ ਬੰਦਾ ਪੈਸ਼ਨੇਟ ਹੋਣਾ ਚਾਹੀਦਾ ਪੈਸ਼ਨ ਹੋਣਾ ਚਾਹੀਦਾ ਉਹ 'ਚ ਫਿਲਮ ਮੇਕਿੰਗ ਦਾ ਇਹ ਨਹੀਂ ਹੈ ਕਿ ਸ਼ੌਕ ਲਈ ਫਿਲਮ ਬਣਾਉਣੀ ਹੈ ਹਮਾਰੇ ਪਾਸ ਪੈਸੇ ਬਹੁਤ ਹੈ ਨਾਮ ਕਰਨਾ ਜੀ ਚਾਰ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਇਸ ਫਿਲਮ ਦਾ ਪ੍ਰੋਡਿਊਸਰ ਹਾਂ ਫਿਰ ਨਹੀਂ ਫਿਰ ਕੰਮ ਨਹੀਂ ਚੱਲਦਾ ਇਹ ਤਾਂ ਫਿਲਮ ਦੇ ਵਿੱਚ ਰੋਲਣਾ ਪੈਂਦਾ ਪ੍ਰੋਡਿਊਸਰ ਨੂੰ ਵੀ ਨਾਲ ਫਿਰ ਜਾ ਕੇ ਉਹ ਕਾਮਯਾਬ ਹੁੰਦਾ ਬਿਲਕੁਲ ਠੀਕ ਜੀ ਤੇ ਪਸੰਦੀਦਾ ਸਵਾਲ ਵੀ ਪੁੱਛ ਲਓ ਹੁਣ ਚੱਜ ਦਾ ਵਿਚਾਰ ਚਾ ਕੇ ਕਿਵੇਂ ਦਾ ਲੱਗਿਆ ਇਹਨਾਂ ਨੇ ਕਿਹਾ ਮੈਨੂੰ ਮੈਂ ਤੁਹਾਡਾ ਇਹ ਸਾਰੇ ਸ਼ੋਅ ਦੇਖਦਾ ਜੀ ਮੈਨੂੰ ਬਹੁਤ ਵਧੀਆ ਲੱਗਦਾ ਤੇ ਮੈਂ ਜਦੋਂ ਦਾ ਆਇਆ ਮੈਂ ਤੁਹਾਨੂੰ ਕਹਿ ਰਿਹਾ ਮੈਂ ਹੱਸ ਹੀ ਰਿਹਾ ਉਦੋਂ ਦਾ ਔਰ ਤੁਹਾਡੀ ਜੁਗਲਬੰਦੀ ਬਹੁਤ ਵਧੀਆ ਵਾਹਿਗੁਰੂ ਕਰੇ ਐਵੇਂ ਰਵੇ ਇਹ ਤੁਹਾਡਾ ਪ੍ਰੋਗਰਾਮ ਐਵੇਂ ਚੱਲਦੇ ਸਾਰੇ ਸਾਰੇ ਲੋਕਾਂ ਦਾ ਪਸੰਦੀਦਾ ਪ੍ਰੋਗਰਾਮ ਹੈ ਜੀ ਬਹੁਤ ਵਧੀਆ ਲੱਗਿਆ ਜੀ ਬਾਈ ਜੀ ਤੁਹਾਡੀਆਂ ਫਿਲਮਾਂ ਅਗਲੀਆਂ ਬਹੁਤ ਸਾਰੀਆਂ ਚੱਲਣ ਥੈਂਕ ਯੂ ਜੀ ਤੁਸੀਂ ਆਪਣਾ ਰਿਕਾਰਡ ਆਪ ਹੀ ਤੋੜੀ ਜਾਓ ਤੁਸੀਂ ਆਰਥਿਕ ਤੌਰ ਤੇ ਸੱਚੀ ਮੁੱਚੀ ਬਾਹਲੀ ਮਜ਼ਬੂਤ ਹੋਵੋ ਮੈਂ ਫਿਲਮਾਂ ਬਣਾਉਣ ਜੋਗਾ ਹੋ ਜਾ ਤੁਸੀਂ ਬਣਾਓ ਤੇ ਹੁਣ ਕਬੱਡੀ ਵਾਲੀ ਤੇ ਬਹੁਤ ਹੋਰ ਵਿਸ਼ਿਆਂ ਵਾਲੀਆਂ ਬਣਾਓ ਚੰਗੀਆਂ ਬਣਾਓ ਲਗਾਤਾਰ ਅੱਗੇ ਤੋਂ ਅੱਗੇ ਵਧੋ ਅਸੀਂ ਇਹਦੀ ਕਾਮਨਾ ਕਰਦੇ ਹਾਂ ਥੈਂਕ ਯੂ ਜੀ ਤੁਸੀਂ ਆਏ ਥੋੜਾ ਧੰਨਵਾਦ ਅਸੀਂ ਫਿਰ ਤੋਂ ਤੁਹਾਨੂੰ ਸੱਦਾ ਭੇਜ ਕੇ ਤੇ ਜ਼ਰੂਰ ਇੱਥੇ ਗੱਲਬਾਤ ਆਪਾਂ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਲੱਗ ਕਰਕੇ ਤੇ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ ਜੀ ਜਾਣਦਾ ਹੋ ਗਿਆ ਵੇਲਾ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ ਤਿੰਨਾਂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਚੱਜ ਦਾ ਵਿਚਾਰ